ਜਿਹਨੂੰ ਸਾਰਿਆਂ ਦੇ ਵਾਸਤੇ ਖਬਰਸਾਰ ਲੈ ਕੇ ਹਾਜ਼ਰ ਹਾਂ ਇੱਕ ਬ੍ਰੇਕ ਤੋਂ ਬਾਅਦ। ਤੇ ਅਸੀਂ ਤੁਸੀਂ ਸਾਰੇ ਮਿਲ ਕੇ ਗੱਲਬਾਤ ਕਰਦੇ ਹਾਂ ਰੇਡੀਓ ਚੰਨ ਪ੍ਰਦੇਸ਼ ਦੇ ਪਲੇਟਫਾਰਮ ਤੇ, ਤੁਹਾਡੇ ਸਾਥ ਸਹਿਯੋਗ ਨਾਲ ਚੱਲ ਰਿਹਾ ਰੇਡੀਓ, ਕਿਉਂਕਿ ਹਜੇ ਵੀ ਸਾਡੇ ਕੋਲ ਫੰਡਿੰਗ ਹੈ ਜਿਹੜੀ ਆ ਰਹੀ ਹੈ। ਜਿਹੜੇ ਸੱਜਣ ਬਿਜ਼ੀ ਹੋ ਗਏ ਨੇ ਉਨ੍ਹਾਂ ਦੀ ਵੀ ਉਡੀਕ ਜਾਰੀ ਹੈ, ਕਿਉਂਕਿ ਸਹਿਯੋਗ ਕਿਸੇ ਨੇ ਵੀ ਕਰਨਾ ਕਦੇ ਵੀ ਮੁੜਿਆ ਨਹੀਂ। ਤੇ ਇਹ ਵੀ ਨਹੀਂ ਕਿ ਐਵੇਂ ਦਰਵਾਜ਼ਾ ਖੜਕਾਈ ਜਾਈਏ ਕਿ ਆਜੋ ਭਾਈ ਦੇ ਜਾਓ, ਤੁਸੀਂ ਤਾਂ ਦੇ ਜਾਓ, ਉਵੇਂ ਵੀ ਨਹੀਂ ਹੈ, ਕਿਉਂਕਿ ਤੁਹਾਨੂੰ ਪਤਾ ਹੈ, ਤੁਸੀਂ ਜਾਣਦੇ ਹੋ ਸਾਡੇ ਤੋਂ ਬਿਹਤਰ ਕਿ ਮੀਡੀਆ ਹਾਊਸ ਚਲਾਉਣੇ ਕਿਵੇਂ ਹੁੰਦੇ ਆ ਤੇ ਇਹ ਕਿਵੇਂ ਚੱਲ ਰਿਹਾ, ਕਿਉਂਕਿ ਜੇ ਤਿੰਨ ਤਿੰਨ ਘੰਟੇ ਦਾ ਸ਼ੋਅ ਤੁਸੀਂ ਸੁਣਦੇ ਹੋ ਬਥੇਰੇ ਮੈਸੇਜ, ਖਾਸ ਕਰਕੇ ਮੈਨੂੰ ਤਾਂ ਆਪਦੇ ਸ਼ੋਅ ਦੀ ਫੀਡਬੈਕ ਪਤਾ ਹੁੰਦੀ ਹੈ, ਅਗਲੇ ਕਹਿੰਦੇ ਆ ਜੀ ਕਿ ਹੋਰ ਕੁਛ ਨਹੀਂ ਕਰਦੇ, ਉਹਨਾਂ ਚਿਰ ਸਿਰਫ ਤੇ ਸਿਰਫ ਰੇਡੀਓ ਸੁਣਦੇ ਆ ਤੇ ਰੌਚਕ ਜਾ ਹੁੰਦਾ। ਜੇ ਰੌਚਕ ਹੈ, ਇਹ ਰੌਚਕ ਤਾਂ ਬਣੀ ਰਹੇ ਤਾਂ ਫਿਰ ਸਹਿਯੋਗ ਹੈ ਜਿਹੜਾ ਉਹ ਤੁਹਾਡਾ ਆ ਵੀ ਰਿਹਾ ਤੇ ਆਉਣਾ ਚਾਹੀਦਾ ਵੀ ਹੈ। ਇਸ ਕਰਕੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਧੰਨਵਾਦ ਤੇ ਉਚੇਚੇ ਤੌਰ ਦੇ ਉੱਤੇ ਧੰਨਵਾਦ ਜਸਵਿੰਦਰ ਸਿੰਘ ਮਿਸੀਸੀਪੀ, ਜਸਵੰਤ ਸਿੰਘ ਸੋਤਾ ਸਾਹਿਬ ਕੈਨੇਡਾ ਤੋਂ ਤੇ ਪਿੰਡ ਸਿੰਧ ਮਾਦੋਨਾ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਪ੍ਰਵਾਸੀਆਂ ਦਾ। ਤੇ ਇਧਰੋਂ ਧੰਨਵਾਦ ਕਰਦਿਆਂ ਦਰਸ਼ਨ ਸਿੰਘ ਦਰਸ਼ਕ ਦਾ ਜਿਹੜੇ ਪਟਿਆਲੇ ਤੋਂ ਜੁੜੇ ਨੇ, ਸ਼ਾਹੀ ਸ਼ਹਿਰ ਪੱਥਰਾਂ ਦਾ ਸ਼ਹਿਰ ਤੇ ਨਦੀਆਂ ਵਾਲਾ ਸ਼ਹਿਰ ਘੱਗਰ ਦੇ ਕਮਾਂਡੋ। ਹਾਂਜੀ ਬਾਈ ਜੀ, ਸਵਾਗਤ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਤੁਸੀਂ ਕੱਲ ਮੇਰੇ ਵੀਰ ਵਾਹਵਾ ਕੁਛ ਬੋਲ ਗਏ ਸੀ, ਮੈਂ ਚੰਗਾ ਲਾਂ ਭਲਾ ਤਾਂ ਹੁਣ ਆਉਂਦਾ ਜੀ, ਨਵੇੜ ਹੀ ਦੇਵਾਂ ਕੰਮ। ਚੰਗੀ ਗੱਲ ਹੈ, ਇਹ ਹੁੰਦਾ ਹੈ ਕਿ ਐਂ ਹੁੰਦਾ ਇੱਕ ਦੂਜੇ ਦੀ ਸਿਫਤ ਕਰ ਲਏ ਬੰਦੇ ਨਾਲ, ਸੱਜਾ ਹੱਥ ਖੱਬੇ ਨੂੰ ਧੋਵੇ, ਖੱਬਾ ਹੱਥ ਸੱਜੇ ਨੂੰ ਧੋਵੇ, ਜੇ ਇਹ ਆਪਾਂ ਧੋਵਾਂਗੇ ਤਾਂ ਫਿਰ ਪਤਾ ਵੀ ਕਿਸੇ ਨੂੰ ਨਹੀਂ ਲੱਗ ਸਕਦਾ। ਜੀ ਜੀ ਬਿਲਕੁਲ। ਚਲੋ ਖੈਰ, ਆਪਣੇ ਸਰੋਤਿਆਂ ਨੂੰ ਸਾਡੇ ਬਾਰੇ ਪਤਾ ਹੀ ਹੈ, ਸ਼ੀਸ਼ੇ ਵਰਗਾ ਸਾਰਾ ਕੁਛ। ਤੇ ਸਾਡੇ ਤਾਂ ਸਰੋਤੇ ਵੀ ਸਾਡੇ ਵਾਸਤੇ ਰੱਬ ਵਰਗੇ ਨੇ, ਜੋ ਸਾਨੂੰ ਸੁਣਦੇ ਨੇ। ਬਸ ਰੱਬ ਬਣ ਕੇ ਨਾ ਬਹਿ ਜਾਣ, ਹੈ ਨਾ, ਰੱਬ ਕੀ ਨਾ ਆਖ ਦਿੱਤਾ ਰੱਬ ਬਣ ਬਹਿ ਗਿਆ, ਕਈ ਵਾਰੀ ਹੁੰਦਾ ਹੈ। ਜੋ ਵੀ ਚੰਗਾ ਮਤਲਬ ਅਸੀਂ ਲੈ ਕੇ ਆਉਂਦੇ ਹਾਂ ਤੇ ਅਸੀਂ ਚਾਹੁੰਦੇ ਤਾਂ ਇਹ ਹੁੰਦੇ ਵੀ ਵਧੀਆ ਤੋਂ ਵਧੀਆ ਚੀਜ਼ ਅਸੀਂ ਪੇਸ਼ ਕਰੀਏ, ਨਵੀਂ ਤੋਂ ਨਵੀਂ ਖਬਰ ਪੇਸ਼ ਕੀਤੀਏ, ਫਿਰ ਖਬਰ ਹੀ ਨਹੀਂ ਖਬਰ ਦੇ ਪਿੱਛੇ ਕੀ ਹੈ ਤੇ ਉਹ ਵੀ ਅਸੀਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੇ ਠੀਕ ਹੈ ਕਿ ਉਹਨਾਂ ਨੂੰ ਚੰਗਾ ਲੱਗ ਰਿਹਾ ਉਹ ਵੀ ਠੀਕ ਹੈ, ਜੇ ਨਹੀਂ ਚੰਗਾ ਲੱਗਦਾ ਤਾਂ ਉਹ ਵੀ ਉਦੋਂ ਦੱਸਣਾ ਚਾਹੀਦਾ ਕਿ ਇੱਥੋਂ ਗਲਤੀ ਹੋਈ ਹੈ ਜਾਂ ਅਸੀਂ ਇਹ ਗਲਤ ਲੈ ਕੇ ਜਾ ਰਹੇ ਹਾਂ, ਜਾਂ ਇਹ ਚੀਜ਼ਾਂ ਸਮਾਜ ਦੇ ਲਈ ਮਾੜੀਆਂ ਹੋ ਸਕਦੀਆਂ, ਨਾ ਪੱਖੀ ਹੋ ਸਕਦੀਆਂ ਨੇ, ਇਹ ਵੀ ਸਾਨੂੰ ਦੱਸਣਾ ਚਾਹੀਦਾ ਹੈ। ਤੁਸੀਂ ਪ੍ਰਧਾਨ ਨੂੰ ਨਹੀਂ ਮਿਲਿਓ? ਪ੍ਰਧਾਨ ਦਾ ਪਰਸੋਂ ਉੱਥੇ ਮੈਸੇਜ ਆਇਆ, ਕਹਿੰਦੇ ਵੀ ਸੁਖਨਾ ਯਾਰ ਤੁਸੀਂ ਪਰਸੋਂ ਵੀ ਕਹਿੰਦੇ ਸੀ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਮੈਂ ਹਾਂ, ਕਹਿੰਦੇ ਇੱਕ ਦਿਨ ਪਹਿਲਾਂ ਵੀ ਕਹੀ ਜਾਂਦੇ, ਮੈਂ ਨੀਤੀ ਕਹਿੰਦੇ ਹੁਣ ਯਾਰ, ਕਹਿੰਦੇ ਕੋਈ ਤਾਜ਼ੀ ਗੱਲ ਨੀ ਕਰ ਸਕਦੇ ਤਾਂ ਪੁਰਾਣੀਆਂ ਗੱਲਾਂ ਨੇ। ਮੈਂ ਨਵਾਂ ਕੀ ਹੋਊਗਾ, ਕੋਈ ਸੋਹਣਾ ਜਿਹਾ ਨਾ ਦੱਸੋ ਕਹਿੰਦੇ ਭਾਰਤ ਦੇ ਪ੍ਰਧਾਨ ਮੰਤਰੀ ਦਾ। ਮੈਂ ਕਿਹਾ ਵੀ ਹਜੇ ਤੱਕ ਤਾਂ ਹੈ ਨੀ, ਜੇ ਤੁਸੀਂ ਬਣਾ ਲਓਗੇ ਦੇਖ ਲਓ। ਹਾਂ, ਮੁੱਖ ਮੰਤਰੀ ਦਾ ਨਾਂ ਸੋਹਣਾ ਦੱਸ ਸਕਦਾ। ਉਹ ਕਹਿੰਦੇ ਕੌਣ? ਮੈਂ ਕਿਹਾ ਆਮ ਆਦਮੀ ਪਾਰਟੀ ਵਾਲੇ ਸਾਰੇ ਸੋਚੀ ਜਾਂਦੇ ਮੈਂ ਮੁੱਖ ਮੰਤਰੀ ਬਣੂਗਾ, ਉਹ ਲੜ ਪਿਆ ਫਿਰ ਮੈਂ। ਦੇਖੋ ਗੱਲ ਇਹ ਹੈ ਕਿ ਆਪਾਂ ਕੱਲ ਵੀ ਗੱਲ ਦਾ ਦੱਸੇ ਸੀਗਾ ਕਿ ਮੁੱਖ ਪ੍ਰਧਾਨ ਮੰਤਰੀ ਤਾਂ ਬਹੁਤ ਬਣ ਨੂੰ ਫਿਰਦੇ ਸੀਗੇ, ਪਰ ਦੇਖਿਆ ਇਹ ਹੈ ਕਿ ਅਸਲ ਦੇ ਵਿੱਚ ਕਿਹੜਾ ਪੂਰੀ ਪਾਰਟੀ ਨੂੰ ਸੰਭਾਲ ਲੈਂਦਾ ਹੈ, ਕਿਹੜਾ ਪਾਰਟੀ ਨੂੰ ਜਿਤਾ ਦਿੰਦਾ ਹੈ। ਤੇ ਕਿਉਂਕਿ ਇਹ ਭਾਰਤ ਇੱਕ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਕਈ ਵਾਰ ਅਜਿਹਾ ਹੋ ਜਾਂਦਾ ਕਿ ਕੱਲ ਵੀ ਅਸੀਂ ਦੱਸਿਆ ਸੀਗਾ ਕਿ ਪ੍ਰਧਾਨ ਮੰਤਰੀ ਬਣਨ ਵਾਲੇ ਵੀ ਪਿੱਛੇ ਰਹਿ ਜਾਂਦੇ ਨੇ, ਜਿਹੜੇ ਪਿੱਛੇ ਹੁੰਦੇ ਨੇ ਉਹ ਅੱਗੇ ਹੋ ਜਾਂਦੇ ਨੇ। ਕਈ ਵਾਰ ਜਦੋਂ ਉਹ ਆਪਣੀਆਂ ਸਾਂਝੀਆਂ ਸਰਕਾਰਾਂ ਬਣਦੀਆਂ ਨੇ ਉਹਨਾਂ ਵਿੱਚ ਸੋਚਿਆ ਵੀ ਨਹੀਂ ਜਾਂਦਾ ਹੈਗਾ ਅਜਿਹੇ ਬੰਦੇ ਜਿਹੜੇ ਹੈ ਪ੍ਰਧਾਨ ਮੰਤਰੀ ਬਣ ਜਾਂਦੇ ਨੇ। ਇਹ ਇੱਕ ਚੱਲਦਾ ਰਹਿੰਦਾ, ਲੋਕਤੰਤਰ ਤੇ ਬਹੁਤ ਕੁਛ ਹੁੰਦਾ ਰਹਿੰਦਾ। ਤੇ ਪਰ ਇਹ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਇੱਕ ਪ੍ਰਚੰਡ ਬਹੁਮਤ ਦੇ ਨਾਲ ਆਈ ਹੋਈ ਹੈ ਤੇ ਉਹਨਾਂ ਨੂੰ ਹਿਲਾਉਣਾ ਬੜਾ ਮੁਸ਼ਕਿਲ ਹੈ। ਤੇ ਉਹਦਾ ਇੱਕੋ ਇੱਕ ਹੁੰਦਾ ਹੈ ਕਿ ਜੇਕਰ ਤੁਹਾਡੇ ਦੇ ਵਿੱਚ ਜ਼ੋਰ ਹੈ, ਜੇ ਲੋਕ ਇਹ ਸੋਚਦੇ ਨੇ ਕਿ ਸਾਡਾ ਪ੍ਰਧਾਨ ਮੰਤਰੀ ਠੀਕ ਨਹੀਂ ਹੈਗਾ, ਤਾਂ ਉਹ ਬਦਲ ਸਕਦੇ ਨੇ ਆਉਣ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਨੇ ਜਾਂ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ। ਤੇ ਬਹੁਤ ਸਾਰੇ ਬੰਦਿਆਂ ਨੂੰ ਬਦਲਿਆ ਵੀ ਹੈ ਤੇ ਬਦਲਦੇ ਵੀ ਰਹਿੰਦੇ ਨੇ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਇੱਕ ਵਾਸਤੇ ਇਹ ਗੱਦੀ ਬਣੀ ਹੋਈ ਹੈ। ਜੀ ਪ੍ਰੋਫੈਸਰ ਨਿਤਨੇਮ ਸਿੰਘ ਹੋਰੇ ਤੁਹਾਨੂੰ ਮੈਨੂੰ ਹੱਲਾਸ਼ੇਰੀ ਭੇਜਦਾ ਤੇ ਤੁਹਾਨੂੰ ਭੇਜਦਾ ਵਧਾਈ, ਕਹਿੰਦੇ ਬਹੁਤ ਸੋਹਣੀ ਗੱਲਬਾਤ ਹੋ ਰਹੀ ਹੈ। ਸੋ ਧੰਨਵਾਦ ਸਾਰੇ ਸੱਜਣਾਂ ਦਾ ਜਿਹੜੇ ਵੀ ਸਾਨੂੰ ਸੁਣ ਰਹੇ ਨੇ, ਪਸੰਦ ਕਰਦੇ ਆ। ਪੰਜਾਬ ਦੇ ਵਿਚ ਕੋਰੋਨਾ ਦਾ ਕਹਿਰ, ਇਸ ਗੱਲ ਨੂੰ ਮੈਂ ਜਮਾਂ ਨਹੀਂ ਪਸੰਦ ਕਰਦਾ, ਤੁਸੀਂ ਵੀ ਨਹੀਂ ਕਰਦੇ ਹੋਵੋਗੇ, ਪਰ 24 ਘੰਟੇ ਚ 106 ਮੌਤਾਂ ਹੋਈਆਂ। ਦੇਖੋ ਗੱਲ ਇਹ ਹੈ ਕਿ ਪਸੰਦ ਤਾਂ ਕੋਈ ਵੀ ਨਹੀਂ ਕਰਦਾ, ਮੌਤ ਨੂੰ ਕੌਣ ਪਸੰਦ ਕਰਦਾ? ਜਦੋਂ ਆਮ ਦਿਨਾਂ ਚ ਮੌਤ ਹੁੰਦੀ ਆ ਉਦੋਂ ਵੀ ਕੋਈ ਪਸੰਦ ਨਹੀਂ ਕਰਦਾ। ਆਮ ਦਿਨਾਂ ਚ ਐਕਸੀਡੈਂਟਾਂ ਨਾਲ ਮੌਤਾਂ ਹੁੰਦੀਆਂ ਨੇ, ਕੈਂਸਰ ਨਾਲ ਹੋ ਜਾਂਦੀਆਂ, ਲੜਾਈ ਝਗੜੇ ਨਾਲ ਮੌਤਾਂ ਹੁੰਦੀਆਂ ਨੇ। ਪਰ ਹੁਣ ਕਰੀਏ ਕੀ, ਇਹੀ ਇੱਕ ਬਹੁਤ ਵੱਡਾ ਮੁੱਦਾ ਹੈ ਜਿੱਥੋਂ ਇਹ ਪਤਾ ਲੱਗਦਾ ਰਹਿੰਦਾ ਕਿ
ਸਾਡੇ ਸੂਬੇ ਦੇ ਵਿਚ ਜਾਂ ਸਾਡੇ ਦੇਸ਼ ਦੇ ਵਿਚ ਕੀ ਕੁਛ ਹੋ ਰਿਹਾ ਕੋਰੋਨਾ ਨੇ ਇੱਕ ਮਹਾਮਾਰੀ ਜਿਹੜੀ ਫੈਲੀ ਹੋਈ ਹੈ ਇਹ ਸਿਰਫ ਇੱਕ ਖਿੱਤੇ ਦੀ ਨਹੀਂ ਹੈਗੀ ਪੂਰੇ ਸੰਸਾਰ ਦੇ ਵਿਚ ਫੈਲੀ ਹੋਈ ਹੈ ਵੱਡੀ ਵੱਡੀਆਂ ਜਿਹੜੀਆਂ ਸ਼ਕਤੀਆਂ ਨੇ ਉਹ ਵੀ ਉਹਦੇ ਅੱਗੇ ਬੇਵਸ ਹੋਈਆਂ ਨੇ ਗੋਡੇ ਟੇਕੇ ਹੋਏ ਨੇ ਉਹਨਾਂ ਨੇ ਤੇ ਉਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਆਖਿਰ ਕਰਿਆ ਤਾਂ ਕਰਿਆ ਕੀ ਜਾਵੇ ਪੰਜਾਬ ਦੇ ਵਿਚ ਵੀ ਅਸੀਂ ਪਾਬੰਦੀਆਂ ਵੀ ਲਾ ਰਹੇ ਹਾਂ ਸਭ ਕੁਛ ਕੀਤਾ ਜਾ ਰਿਹਾ ਪਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਕੁਛ ਦਿਨਾਂ ਦੇ ਉੱਤੇ ਇਹ ਦੇਖ ਨਜ਼ਰ ਮਾਰੀਏ ਤਾਂ ਇਹ ਇੱਥੇ ਮੌਤਾਂ ਵੀ ਬਹੁਤ ਹੋ ਰਹੀਆਂ ਨੇ ਮਰੀਜ਼ ਵੀ ਬਹੁਤ ਵੱਧ ਰਹੇ ਹਨ ਤੇ ਅੱਜ ਜੋ ਲੇਟੈਸਟ ਅੰਕੜੇ ਸਾਹਮਣੇ ਆਏ ਨੇ ਉਹ ਬੜੇ ਦਿਲ ਦਹਿਲਾਉਣ ਵਾਲੇ ਨੇ ਅਸੀਂ ਇੱਕ ਸਮੇਂ ਦੇ ਉੱਤੇ ਇੱਕ ਮੌਤ ਹੋਈ ਸੀਗੀ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਨਵਾਂ ਸ਼ਹਿਰ ਦੇ ਵਿਚ ਤਾਂ ਸਾਰੇ ਲੋਕ ਸਾਰਾ ਮੀਡੀਆ ਕੰਬਿਆ ਪਿਆ ਸੀਗਾ ਵੀ ਕੀ ਹੋ ਰਿਹਾ ਹੈ ਤੇ ਹੁਣ ਤਾਂ ਇਹ ਦੇਖਣ ਵਿਚ ਆ ਰਿਹਾ ਕਦੇ 50 ਮੌਤਾਂ ਹੋ ਰਹੀਆਂ ਨੇ ਕਦੇ 60 ਮੌਤਾਂ ਹੋ ਰਹੀਆਂ ਨੇ ਤੇ ਅੱਜ ਦਾ ਜੋ ਅੰਕੜਾ ਦੱਸਦਾ ਕਿ ਕੱਲੇ ਲੁਧਿਆਣੇ ਵਿਚ ਹੀ 20 ਮੌਤਾਂ ਹੋ ਗਈਆਂ ਤੁਸੀਂ ਦੱਸੋ ਇੱਕ ਇੱਕ ਸ਼ਹਿਰ ਦੇ ਵਿਚ ਕੋਰੋਨਾ ਦੇ ਨਾਲ ਐਡੀ ਐਡੀ ਮੌਤਾਂ ਹੋਣ ਲੱਗ ਗਈਆਂ ਤਾਂ ਸਥਿਤੀ ਕੀ ਹੋ ਸਕਦੀ ਹੈ ਤੇ ਪਿਛਲੇ 24 ਘੰਟਿਆਂ ਦੇ ਵਿਚ ਪੰਜਾਬ ਦੇ ਅੰਦਰ 106 ਮੌਤਾਂ ਹੋ ਚੁੱਕੀਆਂ ਨੇ ਤੇ ਜਿਸ ਤਰੀਕੇ ਦੇ ਨਾਲ ਇਹ ਜਿਹੜੀ ਕੋਰੋਨਾ ਫੈਲ ਰਿਹਾ ਉਹਦੇ ਵਿਚ ਇਹ ਵੀ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਜਿਹੜੇ VIP ਲੋਕ ਨੇ ਉਹ ਵੀ ਇਸ ਤੋਂ ਜਿਹੜੇ ਹੈਗੇ ਆ ਪੀੜਤ ਹੋ ਰਹੇ ਨੇ ਹਰਿਆਣਾ ਪ੍ਰਬੰਧਕ ਕਮੇਟੀ ਦੇ ਜਿਹੜੇ ਹੁਣੇ ਪ੍ਰਧਾਨ ਬਣੇ ਨੇ ਬਲਜੀਤ ਸਿੰਘ ਦਾਤੂਵਾਲ ਵੀ ਕੋਰੋਨਾ ਤੋਂ ਪੀੜਤ ਹੋ ਚੁੱਕੇ ਨੇ ਪਰਮਿੰਦਰ ਸਿੰਘ ਢੀਂਡਸਾ ਵੀ ਪੀੜਤ ਹੋ ਚੁੱਕੇ ਨੇ ਨਾਭੇ ਦੇ ਜਿਹੜੇ ਵਿਧਾਇਕ ਆਪਣੇ ਰਣਜੀਤ ਸਿੰਘ ਨਾਭਾ ਨੇ ਉਹ ਵੀ ਇਸ ਸਮੇਂ ਪੀੜਤ ਹੋਈ ਹੈ ਇਸ ਤਰੀਕੇ ਨਾਲ ਤੁਹਾਨੂੰ ਦੱਸ ਦਵਾਂ ਕਿ 35 ਵਿਧਾਇਕ ਇਸ ਸਮੇਂ ਕੋਰੋਨਾ ਦੀ ਮਾਰ ਹੇਠ ਆ ਚੁੱਕੇ ਨੇ ਤੇ ਇਸ ਦੇ ਨਾਲ ਜਿਹੜੀ ਅੱਜ ਦੀ ਰਿਪੋਰਟ ਹੈ ਉਸ ਤੋਂ ਪਤਾ ਲੱਗਦਾ ਕਿ 1514 ਵਿਅਕਤੀ ਅੱਜ ਦੇ ਵਿਚ ਨਵੇਂ ਕੇਸ ਆ ਚੁੱਕੇ ਨੇ ਤੇ ਇਸ ਤਰੀਕੇ ਨਾਲ ਪੰਜਾਬ ਦੇ ਵਿਚ ਇਸ ਸਮੇਂ 56,999 ਪੌਜ਼ਿਟਿਵ ਲੋਕ ਹੋ ਚੁੱਕੇ ਨੇ ਕਹਿ ਸਕਦੇ ਕਿ 57,000 ਹੀ ਹੋ ਚੁੱਕੇ ਨੇ ਤੇ ਇਸ ਸਮੇਂ 440 ਮਰੀਜ਼ ਆਕਸੀਜਨ ਤੇ ਨੇ 71 ਮਰੀਜ਼ ਉਹ ਨੇ ਜਿਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ ਤੇ ਉਹ ਵੈਂਟੀਲੇਟਰ ਦੇ ਉੱਤੇ ਨੇ ਤੇ ਅੱਜ ਲੁਧਿਆਣਾ ਦੇ ਵਿਚੋਂ 242 ਮਰੀਜ਼ ਆਏ ਨੇ ਜਲੰਧਰ ਦੇ ਵਿਚ 171 ਮਰੀਜ਼ ਆਏ ਨੇ ਬਠਿੰਡਾ ਦੇ ਵਿਚ 163 ਮਰੀਜ਼ ਆਏ ਨੇ ਪਟਿਆਲਾ ਦੇ ਵਿਚ 160 ਨਵੇਂ ਮਰੀਜ਼ ਆ ਚੁੱਕੇ ਨੇ ਤੇ ਅੱਜ ਜਿਹੜੀਆਂ 106 ਦੇ ਕਰੀਬ ਮੌਤਾਂ ਸਾਹਮਣੇ ਆਈਆਂ ਨੇ ਉਨ੍ਹਾਂ ਵਿਚੋਂ ਲੁਧਿਆਣੇ ਦੇ ਵਿਚ 20 ਮੌਤਾਂ ਹੋਈਆਂ ਨੇ ਜਲੰਧਰ ਦੇ ਵਿਚ 11 ਮੌਤਾਂ ਹੋ ਚੁੱਕੀਆਂ ਨੇ ਬਠਿੰਡਾ ਚ 10 ਮੌਤਾਂ ਹੋ ਚੁੱਕੀਆਂ ਨੇ 9 ਮੋਹਾਲੀ ਦੇ ਵਿਚ ਹੋ ਚੁੱਕੀਆਂ ਨੇ ਤੇ 5 ਜਿਹੜੀ ਹੈਗੀਆਂ ਕਪੂਰਥਲਾ ਦੇ ਵਿਚ ਹੋ ਚੁੱਕੀਆਂ ਨੇ ਰੋਪੜ ਚ 7 ਹੋ ਚੁੱਕੀਆਂ ਨੇ ਤੇ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਸਥਿਤੀ ਵਿਗੜਦੀ ਜਾ ਰਹੀ ਹੈ ਤੇ ਅਸੀਂ ਹਾਲੇ ਤੱਕ ਨਹੀਂ ਸੰਭਲ ਹੈਗੇ ਜਦ ਤੱਕ ਅਸੀਂ ਸੰਭਲਦੇ ਨਹੀਂ ਹੈਗੇ ਤੇ ਇਹ ਵੀ ਅੱਜ ਵਿਗਿਆਨੀਆਂ ਨੇ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਮੌਤਾਂ ਹੋ ਰਹੀਆਂ ਨੇ ਜੇਕਰ ਉਸ ਦੇ ਵਿਚ ਸਾਵਧਾਨੀ ਸਿਰਫ ਤੇ ਸਿਰਫ 2 ਚੀਜ਼ਾਂ ਦੀ ਇੱਕ ਮੂੰਹ ਦੇ ਉੱਤੇ ਮਾਸਕ ਤੇ ਇੱਕ ਜਿਹੜੀ ਸੋਸ਼ਲ ਡਿਸਟੈਂਸਿੰਗ ਇਸ ਦੇ ਉੱਤੇ ਵੱਧ ਤੋਂ ਵੱਧ ਅਮਲ ਕੀਤਾ ਜਾ ਸਕਦੇ ਤਾਂ ਅਸੀਂ ਕਹਿੰਦੇ ਹਾਂ ਵੀ 80-90% ਮੌਤਾਂ ਨੂੰ ਰੋਕ ਸਕਦੇ ਹਾਂ ਤੇ ਜਿਹੜੇ ਮਰੀਜ਼ ਵੱਧ ਰਹੇ ਨੇ ਉਹਨਾਂ ਨੂੰ ਵੀ ਰੋਕ ਸਕਦੇ ਹਾਂ ਪਰ ਅਫਸੋਸ ਦੀ ਗੱਲ ਇਹ ਹੈ ਕਿ ਲੋਕ ਇਹਨਾਂ ਗੱਲਾਂ ਦੇ ਉੱਤੇ ਅਮਲ ਵੀ ਕਰ ਰਹੇ ਨੇ ਤੇ ਇਹੀ ਕਾਰਨ ਹੈ ਕਿ ਭਾਰਤ ਦੇ ਵਿਚ ਇਹ ਕੋਰੋਨਾ ਲਗਾਤਾਰ ਵੱਧਦਾ ਜਾ ਰਿਹਾ ਤੇ ਵੱਧਦਾ ਵੀ ਇਸ ਤਰੀਕੇ ਨਾਲ ਜਾ ਰਿਹਾ ਕਿ ਉਸ ਦੇ ਉੱਤੇ ਕਿਤੇ ਵੀ ਰੋਕ ਨਹੀਂ ਲੱਗ ਰਹੀ ਹੈਗੀ ਕੱਲ ਆਪਾਂ ਗੱਲ ਕਰ ਰਹੇ ਸੀਗੇ ਕਿ 78,000 ਤੋਂ ਸ਼ਾਇਦ ਜਿਹੜਾ ਹੈਗਾ ਹੁਣ ਵਾਪਸ ਹੋਣਾ ਸ਼ੁਰੂ ਹੋ ਗਿਆ ਕੱਲ 60,000 ਮਰੀਜ਼ ਆਏ ਸੀਗੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਫੇਰ ਜਿਹੜੇ ਹੈਗੇ ਆ ਇਹ ਮਰੀਜ਼ 78,000 ਦੇ ਕਰੀਬ ਪਹੁੰਚੇ ਹੋਏ ਨੇ ਤੇ ਇਹ ਵੀ ਬੜਾ ਚਿੰਤਾ ਦਾ ਵਿਸ਼ਾ ਹੈਗਾ ਤੇ ਜੇਕਰ ਅਸੀਂ ਕੁੱਲ ਦੁਨੀਆਂ ਦੀ ਗੱਲ ਕਰਦੇ ਹਾਂ ਤੇ ਉਥੇ ਵੀ ਸਥਿਤੀ ਕੋਈ ਚੰਗੀ ਨਜ਼ਰ ਨਹੀਂ ਆ ਰਹੀ ਬਹੁਤ ਭਿਆਨਕ ਨਜ਼ਰ ਆ ਰਹੀ ਹੈ ਤੇ 2,69,63,995 ਮਰੀਜ਼ ਇਸ ਸਮੇਂ ਪੂਰੀ ਦੁਨੀਆਂ ਦੇ ਵਿਚ ਕੋਰੋਨਾ ਤੋਂ ਪੀੜਤ ਹੋ ਚੁੱਕੇ ਆ ਤੇ ਮੌਤਾਂ 8,62,599 ਹੋ ਚੁੱਕੀਆਂ ਨੇ ਅਮਰੀਕਾ ਹਾਲੇ ਵੀ ਮਤਲਬ ਉਥੇ ਵੀ ਕੋਈ ਰਾਹਤ ਦੀ ਖ਼ਬਰ ਨਹੀਂ ਹੈਗੀ ਉਥੇ 62,60,888
ਜਿਹੜੇ ਮਰੀਜ਼ ਇਸ ਸਮੇਂ ਬਿਮਾਰ ਨੇ ਤੇ 188,975 ਮਸਾ ਹੋ ਚੁੱਕੇ ਨੇ। ਬ੍ਰਾਜ਼ੀਲ ਦੇ ਵਿਚ ਇਸ ਸਮੇਂ 39,52,000 ਮਰੀਜ਼ ਚੱਲ ਰਹੇ ਨੇ ਤੇ ਭਾਰਤ ਦੇ ਵਿਚ ਇੰਡੀਆ ਦੇ ਵਿਚ 38,11,625 ਮਰੀਜ਼ ਨੇ ਕੁੱਲ ਤੇ ਮਸਾ ਇੱਥੇ 66,873 ਹੋ ਚੁੱਕੇ ਨੇ। ਅੱਜ ਜਿਹੜੇ ਮਰੀਜ਼ ਆਏ ਨੇ ਉਹ 78,357 ਮਰੀਜ਼ ਆਏ ਨੇ। ਸਿੱਧੂ ਸਾਹਿਬ ਇੱਕ ਹੋਰ ਵੀ ਜੋ ਨਵੀਂ ਖੋਜ ਸਾਹਮਣੇ ਆਈ ਹੈ ਜਾਂ ਅਧਿਐਨ ਸਾਹਮਣੇ ਆਇਆ ਉਹ ਵੀ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਇਹ ਕੋਰੋਨਾ ਦੇ ਲੱਛਣ ਇਹ ਕੋਰੋਨਾ ਜਿਹੜਾ ਹੈਗਾ ਨਿਤ ਦਿਨ ਆਪਣੇ ਲੱਛਣ ਬਦਲ ਰਿਹਾ ਹੈ। ਪਤਾ ਨਹੀਂ ਲੱਗਦਾ ਕੋਈ ਕਦੇ ਤਾਂ ਇਹ ਕਹਿੰਦੇ ਆ ਵੀ ਇਸ ਦੇ ਲੱਛਣ ਹੀ ਨਹੀਂ ਪਤਾ ਲੱਗਦੇ ਹੈ। ਕਈ ਥਾਵਾਂ ਦੇ ਉੱਤੇ ਇਹ ਸਾਂ ਕਰਕੇ ਪਤਾ ਲੱਗਦਾ ਕਿ ਇਸ ਜਿਹੜਾ ਹੈਗਾ ਕੋਰੋਨਾ ਹੋ ਚੁੱਕਿਆ। ਕਦੇ ਬੁਖਾਰ ਹੁੰਦਾ ਉਦੋਂ ਪਤਾ ਲੱਗ ਜਾਂਦਾ ਤੇ ਕਦੇ ਮਤਲਬ ਇਹ ਕਿਹਾ ਗਿਆ ਵਿਗਿਆਨੀਆਂ ਨੇ ਵੀ ਇਹਦੇ ਲੱਛਣਾਂ ਦਾ ਵੀ ਪਤਾ ਨਹੀਂ ਲੱਗ ਰਿਹਾ ਹੈਗਾ। ਇਸ ਗੱਲ ਕਰਕੇ ਵਿਗਿਆਨੀਆਂ ਨੂੰ ਵੀ ਬੜੇ ਭੰਬਲ ਭੂਸੇ ਚ ਪਏ ਹੋਏ ਨੇ ਕਿ ਆਖਿਰ ਜਿਹੜੀ ਵੀ ਅਸੀਂ ਵੈਕਸੀਨ ਤਿਆਰ ਕਰ ਰਹੇ ਹਾਂ ਉਹ ਕਾਰਗਰ ਸਿੱਧ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈਗੀ। ਪਰ ਇਹ ਵੀ ਹੈ ਕਿ ਅੱਜ ਇਕ ਵਧੀਆ ਖ਼ਬਰ ਇਹ ਵੀ ਆਈ ਹੈ ਕਿ ਇਕ ਨਵੀਂ ਦਵਾਈ ਬਣਾਈ ਗਈ ਹੈ ਉਹ ਹੈਗੀ ਹੈ ਏਡਸ ਦੇ ਉੱਤੇ ਤੇ ਇਹ ਵੀ ਦੱਸਿਆ ਗਿਆ ਕਿ ਉਸ ਦੇ ਨਾਲ ਜਿਹੜਾ ਹੈਗਾ ਏਡਸ ਦਾ ਮਰੀਜ਼ ਆਪਣੇ ਆਪ ਠੀਕ ਹੋ ਜਾਇਆ ਕਰੂਗਾ। ਤੇ ਜਿਸ ਤਰੀਕੇ ਨਾਲ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ 1984 ਤੋਂ ਲੈ ਕੇ ਹੁਣ ਤੱਕ ਏਡਸ ਦਾ ਕੋਈ ਜਿਹੜਾ ਹੈਗਾ ਕਾਰਗਰ ਮਤਲਬ ਇਹ ਸੀ ਕੋਈ ਵੈਕਸੀਨ ਨਹੀਂ ਬਣੀ ਹੈਗੀ। ਤਾਂ ਉਸੇ ਤਰੀਕੇ ਨਾਲ ਹੋ ਵੀ ਸਕਦਾ ਕਿ ਜਿਸ ਤਰੀਕੇ ਨਾਲ ਵਿਗਿਆਨੀ ਲਗਾਤਾਰ ਮਿਹਨਤ ਕਰ ਰਹੇ ਨੇ ਦਿਨ ਰਾਤ ਲੱਗੇ ਹੋਏ ਪੈਸਾ ਲੱਗ ਰਿਹਾ ਸਾਰੀ ਦੁਨੀਆਂ ਦੇ ਮਤਲਬ ਕਈ ਥਾਵਾਂ ਦੇ ਉੱਤੇ ਵੈਕਸੀਨ ਤਿਆਰ ਹੋ ਰਹੀ ਹੈ ਤੇ ਕੋਈ ਨਾ ਕੋਈ ਅਜਿਹੀ ਵੈਕਸੀਨ ਤਾਂ ਹੋਊਗੀ ਜਿਹੜੀ ਕਿ ਪੂਰੀ ਕਾਰਗਰ ਸਿੱਧ ਹੋਊਗੀ। ਤੇ ਇਸ ਸੰਬੰਧ ਵਿਚ ਇਹ ਭਾਰਤ ਵਿਚ ਵੀ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ ਇਸ ਸਾਲ ਦੇ ਅੰਤ ਤੱਕ ਇਹ ਵੈਕਸੀਨ ਇੱਥੇ ਪਹੁੰਚ ਜਾਣੀ ਚਾਹੀਦੀ ਹੈ ਤੇ ਇਹ ਪਹੁੰਚੂਗੀ ਵੀ ਤੇ ਸਾਨੂੰ ਅਸੀਂ ਆਸ ਦੇ ਵਿਚ ਬੈਠੇ ਹਾਂ ਤੇ ਸਾਰੀ ਦੁਨੀਆਂ ਆਸ ਦੇ ਵਿਚ ਬੈਠੀ ਹੈ ਤੇ ਸਾਡੇ ਵਿਗਿਆਨੀ ਮਿਹਨਤਾਂ ਕਰ ਰਹੇ ਨੇ ਤੇ ਉਹ ਮਿਹਨਤ ਕਿਤੇ ਨਾ ਕਿਤੇ ਰੰਗ ਜ਼ਰੂਰ ਲੈ ਕੇ ਆਊਗੀ। ਇੰਨੀ ਵੀ ਕੋਈ ਵੱਡੀ ਗੱਲ ਨਹੀਂ ਹੈਗੀ ਤੇ ਸਾਨੂੰ ਪਤਾ ਹੈ ਕਿ ਵਿਗਿਆਨੀਆਂ ਨੇ ਬਹੁਤ ਹੀ ਵੱਡੀਆਂ ਵੱਡੀਆਂ ਬਿਮਾਰੀਆਂ ਨੇ ਉਹਨਾਂ ਉੱਤੇ ਕਾਬੂ ਪਾਇਆ ਜਿਨ੍ਹਾਂ ਦੇ ਉੱਤੇ ਪਿਛੇ ਜਦੋਂ ਪੁਰਾਣੇ ਸਮਿਆਂ ਦੇ ਵਿਚ ਕਦੇ ਕਾਬੂ ਨਹੀਂ ਪੈ ਗਿਆ ਸੀ ਪਤਾ ਹੀ ਨਹੀਂ ਲੱਗਦਾ ਸੀਗਾ ਵੀ ਉਸ ਦਾ ਕੀ ਇਲਾਜ ਹੋ ਸਕਦਾ। ਇਹ ਇਲਾਜ ਹੋਊਗਾ ਸਾਨੂੰ ਆਸ ਰੱਖਣੀ ਚਾਹੀਦੀ ਹੈ ਕਿ ਛੇਤੀ ਹੀ ਇਹ ਵੈਕਸੀਨ ਤਿਆਰ ਹੋ ਜੂਗੀ ਤੇ ਲੋਕ ਜਿਹੜੇ ਹੈਗੇ ਠੀਕ ਹੋ ਜਾਣਗੇ ਜੋ ਅਸੀਂ ਇਸ ਕੋਰੋਨੇ ਦੇ ਕਾਰਨ ਇੱਕ ਤਰ੍ਹਾਂ ਦੇ ਨਾਲ ਕੈਦ ਦੇ ਵਿਚ ਬੈਠੇ ਹਾਂ ਗੁਲਾਮੀ ਦੇ ਵਿਚ ਬੈਠੇ ਹਾਂ ਉਸ ਤੋਂ ਸਾਨੂੰ ਨਿਜਾਤ ਮਿਲ ਸਕਦੀ ਹੈ। ਜੀ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਿਹੜੀਆਂ ਖੁਦਕਸ਼ੀਆਂ ਸੀ ਇਨ੍ਹਾਂ ਦੇ ਵਿਚ ਹੁਣ 37% ਵਾਧਾ ਹੋ ਗਿਆ ਜੀ ਪਿਛਲੇ ਸਾਲ ਦਾ। ਦੇਖੋ ਗੱਲ ਇਹ ਹੈ ਕਿ ਇਹ ਪਿਛਲੇ ਸਾਲ ਦਾ ਤਾਂ ਹੈ ਜੀ, ਪਰ ਇਹ ਹੈ ਕਿ ਸਾਡੇ ਲਈ ਚਿੰਤਾ ਦਾ ਵਿਸ਼ਾ ਇਸ ਗੱਲ ਕਰਕੇ ਹੈ ਕਿ ਜੋ ਕਿਸਾਨ ਨੇ ਤੇ ਜਿਹੜੇ ਖੇਤ ਮਜ਼ਦੂਰ ਨੇ ਉਹਨਾਂ ਦੀ ਖੁਦਕੁਸ਼ੀਆਂ ਦੇ ਵਿਚ ਪਿਛਲੇ ਸਾਲ ਦੇ ਨਾਲੋਂ ਮਤਲਬ 2018 ਦੇ ਨਾਲੋਂ 2019 ਦੇ ਜਿਹੜੇ ਅੰਕੜੇ ਸਾਹਮਣੇ ਆਇਆ ਉਹਦੇ ਵਿਚ 37.5% ਵਾਧਾ ਹੋਇਆ। ਇਹ ਅੰਕੜੇ ਰਾਸ਼ਟਰੀ ਅਪਰਾਧ ਬਿਊਰੋ ਨੇ ਪੇਸ਼ ਕੀਤੇ ਹੈ। ਉਹਨੇ ਦੱਸਿਆ ਕਿ 2019 ਦੇ ਵਿਚ ਜਿਹੜੇ ਕਿਸਾਨ ਨੇ ਤੇ ਦਿਹਾੜੀਦਾਰ ਮਜ਼ਦੂਰ ਨੇ ਉਹਨਾਂ ਨੇ ਜੋ ਖੁਦਕੁਸ਼ੀਆਂ ਕੀਤੀਆਂ ਨੇ ਉਹ ਗਿਣਤੀ ਹੈਗੀ ਹੈ 42,480 ਦੀ ਜੀ, ਤੇ ਇਹ 2018 ਨਾਲੋਂ 6% ਜ਼ਿਆਦਾ ਹੈ ਜੀ। ਤੇ ਇਹਦੇ ਨਾਲ ਜਿਹੜੀ ਕੁੱਲ ਆਪਾਂ ਕਹਿ ਸਕਦੇ ਹਾਂ ਤੇ ਕਿਸਾਨਾਂ ਦੀ ਖੁਦਕੁਸ਼ੀਆਂ ਦੇ ਵਿਚ ਕੁਛ ਕਮੀ ਆਈ ਹੈ ਜੀ, ਪਰ ਜੇਕਰ ਆਪਾਂ ਮਜ਼ਦੂਰਾਂ ਦੀ ਖੁਦਕੁਸ਼ੀਆਂ ਵੱਲ ਧਿਆਨ ਮਾਰਦੇ ਹਾਂ ਤਾਂ ਉੱਥੇ ਇਹ ਪਤਾ ਲੱਗਦਾ ਕਿ 8% ਜਿਹੜੇ ਮਜ਼ਦੂਰਾਂ ਨੇ ਖੁਦਕੁਸ਼ੀ ਜ਼ਿਆਦਾ ਕੀਤੀ ਹੈ ਜੀ। ਤੇ ਪੂਰੇ ਇੰਡੀਆ ਦੇ ਵਿਚ 2019 ਚ 10,281 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਸੀ ਜੀ, ਤੇ 2018 ਦੇ ਵਿਚ ਉਹ 10,357 ਕਿਸਾਨ ਸੀਗੇ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ। ਤੇ ਇਸੇ ਤਰੀਕੇ ਨਾਲ ਜੇ ਮਜ਼ਦੂਰਾਂ ਦੀ ਗੱਲ ਕਰਦੇ ਆ ਪੂਰੀ
पूरे हिंदुस्तान दे विच भारत दे विच 32,569 मजदूरों ने आत्महत्या की। 32,569 की गल की 2019 की है, 2018 30,132 मजदूरों ने आत्महत्या की। असी ए दस सकते हैं कि एक होर भी चिंता का विषय यह है सिद्धू साहब कि जो जिहड़ा खेती खेत्र है इहदे नाल जुड़े हुए लोगों वालों आत्महत्या की जाती है, जिहड़े कुल आत्महत्या ने किसी भी कारण करके आत्महत्या की जाती ने, 7.4% आत्महत्या सिर्फ से सिर्फ खेती खेत्र नाल जुड़िया हुई ने। असी किसान भी कह सकते हैं ते मजदूर भी कह सकते हैं। इस तों इलावा जिहड़े होर भी आंकड़े सामने आ रहे ने ते पूरे भारत दे विच जो आत्महत्या हुई है किसी भी कारण हुई है वह 2019 दे विच 1,45,123 लोगों ने आत्महत्या की। जबकि इसे उल्ट जो आप कह सकते 2018 दे विच 1,34,516 लोगों ने आत्महत्या की। जो मैं थोनू पहला गिनती दसी है कि 37.5% किसानों से मजदूरों ने 2018 के मुकाबले 2019 मतलब आत्महत्या की थी, उसके अनुसार जो वाधा होया बिहार के 44.7% वध लोगों ने 2018 के मुकाबले 2019 आत्महत्या की। दूजे नंबर से पंजाब आ जाता है जिदी मैं पहला फीसदी दस चुके हैं भी 37.5% वाधा होया। झारखंड 25% वाधा होया, उत्तराखंड 22.6% वाधा होया, आंध्र प्रदेश 21.5% वाधा होया। सिद्धू साहब यह साडे लई भी बड़ा चिंता का विषय है, सरकार लई भी चिंता का विषय है, जिहड़े खेती माहर ने उन्होंने लई भी चिंता का विषय है। उसका कारण यह है कि जो कैप्टन सरकार आई थी तो उस समय भी बहुत सारिया आत्महत्या हो रही थी। उदू पहला कैप्टन साहब ने तो बकायदा यह भी आख्या ना जी कि अपनी सरकार आ लैंदे तुसी उन्हां चिर रुको ते फिर कर्जा कुरकी खत्म, फसल की पूरी रकम खुदकशी नहीं करनी पौगी। हां मैं गल कहना चाहुंदा सीगा कि कैप्टन सरकार ने तां वादा कीता सीगा पंजाब दे लोकां दे नाल कि इह खुदकशियां नहीं होणगियां, पर अफसोस की गल यह है कि इह खुदकशियां दा जो रुझान चल रहा है यह बिल्कुल नहीं रुक रहा है। इस संबंध में सरकार को कोई ना कोई अपनी अजिही नीति बनानी चाहिए है कि यह खुदकुशियां रुकनिया चाहिए। भावे कि सरकार ने पहला पहला कुछ कदम चुके भी, कुछ लोगों के कर्जे माफ भी किए इस संबंध में, पर इस सिलसिला हुण कदों तो रुकया होया, सरकार वल्लों होर कोई कदम नहीं चुके जा रहे है। भावे कि सरकार को हुण पैसा भी नहीं है, बड़ा कुछ है, पर फिर भी असी कह सकते हैं कि यह जो वादा किया सरकार ने वह पूरा करना चाहिए है, यह खुदकुशियों का रुझान रुकना चाहिए है, कोई भी चारा किया जाए कुछ ना कुछ होवे। जेकर कांग्रेस यह अपने किए हुए वादे से खुल नहीं चढ़ाती हैगी जां कोई ना कोई कदम नहीं चकती हैगी तो आने वाले समय के जो 2022 की चोणों के उसू इसका खमियाजा भुगतना ही पेगा, क्योंकि किसान जो है साडे सूबे की रीढ़ की हड्डी ने। ठीक है जिहड़े वड्डे किसान ने इन्हां ने ही जिहड़े किसानां ने ही साडे देश दे विच हरी क्रांति लेके आंदी है, हरी क्रांति दे कारण ही साडा पंजाब अन्न दे मामले विच सब तों मोहरले सूबिआं दे विच शामिल होया। भारत विच इस दी जिहड़ी प्रतिशतता है जिनी धरती है उसके कितने ज्यादा योगदान जिहड़ा किसानों वालों पाया जा रहा है, पर अफसोस की गल यह है कि जिहड़े किसान ने छोटे किसान ने खास करके उन्होंने हालत कोई ज्यादा चंगी नहीं है। यही कारण है कि उन्होंने सिर देते कर्जा चढ़ी जाता है, खेती लाहेवंद सौदा नहीं रह गई हैगी, खुदकुशियां के राह पाए हुए ने। कैप्टन सरकार ने जो वादा किया उस वादे नूं पूरा करना चाहिए। जो भावे कि अज कोरोना का जिहड़ा हैगा प्रकोप चल रहा है, पर यह है कि कोरोने ने
ਕਿਸਾਨਾਂ ਨੂੰ ਵੀ ਬਹੁਤ ਜ਼ਿਆਦਾ ਪੀੜਤ ਕਰ ਚੁੱਕਿਆ ਤੇ ਇਹ ਦੇਖਣ ਵਿਚ ਆਇਆ ਕਿ ਕਿਸਾਨਾਂ ਦੀ ਆਉਣ ਵਾਲੇ ਸਮੇਂ ਦੇ ਵਿਚ ਜਿਸ ਤਰੀਕੇ ਨਾਲ ਕੇਂਦਰ ਵੱਲੋਂ ਨਵੇਂ ਨਵੇਂ ਆਰਡੀਨੈਂਸ ਜਾਰੀ ਕੀਤੇ ਜਾ ਰਹੇ ਨੇ ਉਹ ਤਾਂ ਦੱਸੇ ਜਾ ਰਹੇ ਨੇ ਕਿਸਾਨ ਜਿਹੜੇ ਖੇਤੀ ਮਾਹਰ ਨੇ ਉਹ ਕਿਸਾਨਾਂ ਲਈ ਹੋਰ ਵੀ ਮਾਰੂ ਸਿੱਧ ਹੋ ਸਕਦੇ ਨੇ ਭਾਵੇਂ ਕਿ ਕੈਪਟਨ ਸਰਕਾਰ ਨੇ ਇਨ੍ਹਾਂ ਆਰਡੀਨੈਂਸਾਂ ਦੇ ਖਿਲਾਫ਼ ਵਿਧਾਨ ਸਭਾ ਦੇ ਵਿਚ ਮਤੇ ਵੀ ਪਾਸ ਕੀਤੇ ਨੇ ਉਹ ਕੇਂਦਰ ਸਰਕਾਰ ਦੇ ਵਿਚ ਚਲੇ ਵੀ ਜਾਣਗੇ ਪਰ ਆਖਿਰਕਾਰ ਉਹ ਤਾਂ ਇਕ ਅਲੱਗ ਕੇਸਾ ਜੋ ਕੇਂਦਰ ਸਰਕਾਰ ਕਰੂਗਾ ਕੀ ਕਰਦੇ ਆ ਉਹ ਤੋਂ ਬਾਅਦ ਵਿਚ ਪਤਾ ਲੂਗਾ ਪਰ ਅੱਜ ਦੀ ਹਾਲਤ ਇਹ ਹੈ ਕਿ ਜੋ ਅੰਕੜੇ ਦੱਸ ਰਹੇ ਨੇ ਇਹ ਬਹੁਤ ਚਿੰਤਾਜਨਕ ਨੇ ਤੇ ਇਸ ਸਬੰਧ ਦੇ ਵਿਚ ਪੰਜਾਬ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਤੇ ਇਨ੍ਹਾਂ ਖੁਦਕਸ਼ੀਆਂ ਨੂੰ ਰੋਕਣ ਦੇ ਲਈ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਚਾਹੀਦਾ ਕੋਈ ਨਾ ਕੋਈ ਨੀਤੀਆਂ ਜ਼ਰੂਰ ਬਣਾਉਣੀਆਂ ਚਾਹੀਦੀਆਂ ਨੇ ਜੀ ਤੇ ਗਾਹਾਂ ਦੱਸਿਓ ਜੀ ਕਿ ਜਿਹੜੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਹੈ ਜਿਹਦਾ ਅਸੀਂ ਹੁਣੇ ਗੱਲ ਕਰਕੇ ਜ਼ਿਕਰ ਕਰਕੇ ਹਟੇ ਹਾਂ ਇਸ ਨੇ ਦੱਸਤਾ ਕਿ ਜਿਹੜੀਆਂ ਪੰਜਾਬ ਦੀਆਂ ਜੇਲਾਂ ਵੀ ਆ ਉਹ ਵੀ ਦੂਸਰੇ ਨੰਬਰ ਦੇ ਉੱਤੇ ਨੇ ਯੂਪੀ ਤੋਂ ਬਾਅਦ ਦੇ ਵਿਚ ਮੰਦਭਾਗੀ ਸਥਿਤੀ ਨੂੰ ਲੈ ਕੇ ਦੇਖੋ ਗੱਲ ਇਹ ਹੈ ਕਿ ਪੰਜਾਬ ਜਿਹੜੇ ਜੇਲਾਂ ਨੇ ਉਹਨਾਂ ਨੂੰ ਕਿਹਾ ਜਾਂਦਾ ਸੁਧਾਰ ਕਰ ਤੇ ਸੁਧਾਰ ਕਰ ਇਹੀ ਕਿਹਾ ਜਾਂਦਾ ਹੈ ਕਿ ਜੇਕਰ ਇੱਥੇ ਕੋਈ ਨਾ ਕੋਈ ਅਪਰਾਧੀ ਜਾਂਦਾ ਹੈ ਤਾਂ ਉਸ ਦੇ ਵਿਚ ਸੁਧਾਰ ਲੈ ਕੇ ਆਉਂਦਾ ਜਾਵੇ ਤਾਂ ਜੋ ਉਹ ਜਿੰਨੇ ਵੀ ਕ੍ਰਾਈਮ ਹੈ ਉਹਨੂੰ ਛੱਡ ਦੇਵੇ ਕ੍ਰਾਈਮ ਛੱਡ ਕੇ ਆਪਣਾ ਜੀਵਨ ਆਮ ਵਿਅਕਤੀਆਂ ਵਰਗਾ ਬਿਤਾਉਣਾ ਸ਼ੁਰੂ ਕਰ ਦੇਵੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਜਿੰਨੇ ਅਪਰਾਧ ਜੇਲ੍ਹਾਂ ਦੇ ਵਿਚ ਹੋ ਰਹੇ ਨੇ ਉਨੇ ਅਪਰਾਧ ਬਾਹਰ ਨਹੀਂ ਹੁੰਦੇ ਜੀ ਪਤਾ ਤਾਂ ਇਹ ਵੀ ਲੱਗਦਾ ਕਿ ਜੇਲ੍ਹਾਂ ਦੇ ਵਿਚ ਹੀ ਬਹੁਤ ਸਾਰੇ ਧੰਦੇ ਚੱਲ ਰਹੇ ਨੇ ਚਿੱਟਾ ਵੀ ਵਿਕਦਾ ਲੋਕਾਂ ਦੇ ਫਰੋਤੀ ਵੀ ਮੰਗੀ ਜਾਂਦੀ ਹੈ ਤੇ ਲੋਕਾਂ ਦੇ ਕਤਲ ਤੱਕ ਵੀ ਜੇਲ੍ਹਾਂ ਦੇ ਵਿਚ ਹੋ ਜਾਂਦੇ ਆ ਇਹ ਅਸੀਂ ਮਤਲਬ ਇਸ ਗੱਲ ਕਰਕੇ ਵੀ ਕਹਿ ਰਹੇ ਹਾਂ ਕਿਉਂਕਿ ਅਸੀਂ ਅਕਸਰ ਹੀ ਦੇਖਦੇ ਆਏ ਹਾਂ ਕਿ ਕਦੇ ਜੇਲ੍ਹਾਂ ਦੇ ਵਿਚੋਂ ਨਸ਼ੀਲੇ ਪਦਾਰਥ ਫੜੇ ਜਾਂਦੇ ਨੇ ਕਦੇ ਮੋਬਾਈਲ ਫੜੇ ਜਾਂਦੇ ਨੇ ਤੇ ਜਦੋਂ ਕਿਤੇ ਬਾਹਰ ਕਤਲ ਹੋ ਜਾਂਦਾ ਤਾਂ ਪਤਾ ਇਹ ਲੱਗਦਾ ਕਿ ਇਸ ਦੀ ਇੰਸਟਰਕਸ਼ਨ ਇਸ ਦੇ ਨਿਰਦੇਸ਼ ਜੇਲ੍ਹ ਵਿਚੋਂ ਕਿਸੇ ਅਪਰਾਧੀ ਨੇ ਦਿੱਤੇ ਸੀਗੇ ਤੇ ਕਈ ਵਾਰ ਤਾਂ ਇਹ ਵੀ ਪਤਾ ਲੱਗਦਾ ਕਿ ਕੋਈ ਬੰਦਾ ਫੜ ਲਿਆ ਕਿ ਉਸ ਤੋਂ ਫਰੋਤੀ ਮੰਗੀ ਜਾ ਰਹੀ ਹੈ ਉਸ ਦਾ ਜਿਹੜਾ ਫੋਨ ਵੀ ਜੇਲ੍ਹ ਦੇ ਵਿਚੋਂ ਆਇਆ ਤੇ ਇਸ ਗੱਲ ਕਰਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਸਥਿਤੀ ਵੀ ਕੋਈ ਜ਼ਿਆਦਾ ਚੰਗੀ ਨਹੀਂ ਹੈਗੀ ਤੇ ਉਸ ਦੇ ਵਿਚ ਭਾਵੇਂ ਕਿ ਸਾਡੇ ਜਿਹੜੇ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਇਸ ਗੱਲ ਦਾ ਦਾਅਵਾ ਲਗਾਤਾਰ ਕਰਦੇ ਆ ਰਹੇ ਨੇ ਕਿ ਜੇਲ੍ਹਾਂ ਨੂੰ ਅਸੀਂ ਬੜਾ ਵਧੀਆ ਬਣਾ ਦਾਂਗੇ ਤੇ ਇੱਥੇ ਜਿਹੜਾ ਹੈਗਾ ਹਾਲਾਤ ਚੰਗੇ ਹੋ ਜਾਣਗੇ ਪਰ ਅਜਿਹਾ ਹੁੰਦਾ ਨਹੀਂ ਹੈਗਾ ਤੇ ਇਸ ਦੇ ਸਬੰਧ ਵਿਚ ਇਹ ਵੀ ਪਤਾ ਲੱਗਿਆ ਕਿ ਜੇਲ੍ਹਾਂ ਦੇ ਵਿਚ ਜੋ ਖੁਦਕੁਸ਼ੀਆਂ ਹੋ ਰਹੀਆਂ ਨੇ ਤੇ ਉਸ ਦੇ ਵਿਚ ਵੀ ਪਹਿਲੇ ਨੰਬਰ ਤੇ ਉੱਤਰ ਪ੍ਰਦੇਸ਼ ਆਉਂਦਾ ਤੇ ਦੂਜੇ ਨੰਬਰ ਤੇ ਪੰਜਾਬ ਆਉਂਦਾ ਤੇ ਇਹ ਵੀ ਪਤਾ ਜਿਹੜੇ ਅੰਕੜੇ ਸਾਹਮਣੇ ਆਏ ਆ ਕਿ ਇੱਕ ਸਾਲ ਦੇ ਵਿਚ ਜੇਲ੍ਹਾਂ ਦੇ ਵਿਚ 117 ਮੌਤਾਂ ਹੋਈਆਂ ਤੇ 20 ਕਤਲ ਹੋਏ ਨੇ ਤੇ ਇਸ ਦੇ ਨਾਲ ਨਾਲ ਇਹ ਵੀ ਪਤਾ ਲੱਗਿਆ ਕਿ ਜਿਹੜੇ ਕੈਦੀ ਭੱਜ ਜਾਂਦੇ ਨੇ ਭਾਵੇਂ ਕਿ ਅਸੀਂ ਸਾਡੀ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਜੇਲ੍ਹਾਂ ਦੇ ਬੰਦੋਬਸਤ ਬਹੁਤ ਵਧੀਆ ਰਹੇ ਨੇ ਤੇ ਇੱਥੇ ਕੋਈ ਵੀ ਚਿੜੀ ਵੀ ਫੜ ਨਹੀਂ ਵਰ ਸਕਦੀ ਪਰ ਇਹ ਪਤਾ ਲੱਗਿਆ ਕਿ ਇੱਕ ਸਾਲ ਦੇ ਵਿਚ ਇੱਥੇ 23 ਕੈਦੀ ਭੱਜ ਚੁੱਕੇ ਨੇ ਤੇ ਇਸ ਦੇ ਨਾਲ ਇਹ ਵੀ ਪਤਾ ਲੱਗਿਆ ਕਿ ਪਤਾ ਕੀ ਲੱਗਿਆ ਸਾਡੇ ਕਈ ਵਾਰ ਖ਼ਬਰਾਂ ਵੀ ਸਾਹਮਣੇ ਆਉਂਦੀਆਂ ਨੇ ਕਿ ਜੇਲ੍ਹਾਂ ਦੇ ਵਿਚ ਕੈਦੀ ਹੀ ਆਪਸ ਚ ਲੜ ਪੈਂਦੇ ਨੇ ਤੇ ਬੜੀ ਵੱਡੀਆਂ ਵੱਡੀਆਂ ਵਾਰਦਾਤਾਂ ਵੀ ਹੋ ਚੁੱਕੀਆਂ ਨੇ ਉਹਨਾਂ ਵਿਚੋਂ ਇੱਕ ਵਾਰਦਾਤ ਇਹ ਵੀ ਪਤਾ ਲੱਗਿਆ ਕਿ 61 ਜਿਹੜੇ ਲੋਕ ਨੇ ਇਨ੍ਹਾਂ ਜੇਲ੍ਹਾਂ ਦੇ ਵਿਚ ਇੱਕ ਦੂਜੇ ਦੇ ਨਾਲ ਲੜ ਕੇ ਜ਼ਖਮੀ ਹੋ ਚੁੱਕੇ ਨੇ ਤੇ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜੇਲ੍ਹਾਂ ਦੇ ਹਾਲਾਤ ਵੀ ਮਾੜੇ ਬਹੁਤ ਜ਼ਿਆਦਾ ਮਾੜੇ ਨੇ ਇਹ ਜੋ ਅੰਕੜੇ ਆਏ ਨੇ ਸਾਡੇ ਕੋਲ ਇਹ ਵੀ ਨੈਸ਼ਨਲ ਕ੍ਰਾਈਮ ਬਿਊਰੋ ਨੇ ਹੀ ਦੱਸੇ ਨੇ ਤੇ ਉਸ ਤੋਂ ਇਸ ਤੋਂ ਬਾਅਦ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਇੱਕ ਵਾਰ ਫਿਰ ਜਿਵੇਂ ਅਸੀਂ ਪਹਿਲੀ ਰਿਪੋਰਟ ਵਿਚ ਦੱਸਿਆ ਉਸੇ ਤਰੀਕੇ ਦੇ ਨਾਲ ਹੁਣ ਜੇਲ੍ਹਾਂ ਦੇ ਸਬੰਧ ਵਿਚ ਵੀ ਸਰਕਾਰ ਨੂੰ ਕੁਛ ਨਾ ਕੁਛ ਚਾਹੀਦਾ ਕਿ ਇਨ੍ਹਾਂ ਵਿਚ ਹੋਰ ਸੁਧਾਰ ਲੈ ਕੇ ਆਵੇ ਤੇ ਜਿਸ ਤਰੀਕੇ ਨਾਲ ਅੰਕੜੇ ਆ ਰਹੇ ਨੇ ਉਥੋਂ ਤਾਂ ਇਹੀ ਲੱਗਦਾ ਕਿ ਜੋ ਹਾਲਾਤ ਨੇ ਉਹ ਕੋਈ ਜ਼ਿਆਦਾ ਚੰਗੇ ਨਹੀਂ ਹੈਗੇ ਜਦੋਂ ਪਹਿਲਾਂ NRI ਸੰਮੇਲਨ ਹੁੰਦਾ ਸੀ ਨਾ ਮੈਨੂੰ ਲੱਗਦਾ ਆਖਰੀ ਕੋਈ ਸੀਗਾ ਜਿਹੜਾ ਮੋਗੇ ਹੋਇਆ ਉਦੋਂ ਪਹਿਲਾਂ ਆਲਾ ਜਿੱਥੇ ਸ਼ੇਰੋ ਸ਼ੇਰੀ ਕਰਦੇ ਸੀ ਬਿਕਰਮ ਸਿੰਘ ਮਜੀਠੀਆ ਪਤਾ ਨੀ ਕਿਥੋਂ ਲਿਖਾ ਕੇ ਲੈ ਕੇ ਗਏ ਸੀ ਵਿਚਾਰੇ ਤੇ ਉਦੋਂ ਬਾਦਲ ਸਾਹਿਬ ਨੇ ਆਖਿਆ ਸੀ ਦੇਖੋ ਜੀ NRI ਵਾਸਤੇ ਬੜਾ ਕੁਛ ਕਰਤਾ
ਕਹਿੰਦੇ ਜੀ ਅਸੀਂ ਐਨ ਆਰ ਆਈ ਵਾਸਤੇ ਥਾਣੇ ਵੀ ਬਣਾਤੇ, ਆਹ ਵੀ ਬਣਾਤਾ, ਉਹ ਵੀ ਬਣਾਤਾ। ਬਸ ਕਹਿੰਦੇ ਇੱਕ ਜੇਲਾਂ ਦੀ ਘਾਟ ਰਹਿ ਗਈ, ਜੇ ਤੁਸੀਂ ਕਹੋ ਤਾਂ ਐਨ ਆਰ ਆਈ ਜੇਲਾਂ ਵੀ ਬਣਾ ਦੇਣਗੇ। ਤੇ ਉਦੋਂ ਤਾਂ ਐਨ ਆਰ ਆਈ ਦੇ ਵਾਸਤੇ ਵੀ ਬਣਾਉਣ ਦੀ ਗੱਲ ਕਰਦੇ ਸੀ। ਖੈਰ ਜੇਲਾਂ ਨੀ ਚਾਹੀਦੀਆਂ ਸਾਨੂੰ, ਤਾਂ ਕੁਛ ਹੋਰ ਚਾਹੀਦਾ, ਕਰਾਈਮ ਘਟੇ। ਪਰ ਉਹ ਆਇਆ ਕਿ ਜਿਹੜੇ ਬਾਹਰ ਤਾਂ ਪਾਉਂਦੇ ਆ, ਫਿਰ ਇਹਨਾਂ ਨੂੰ ਐਂ ਹੁੰਦਾ ਵੀ ਚਲੋ ਭਾਈ ਅੰਦਰ ਭੇਜ ਦਿੰਦੇ ਉਹਨਾਂ ਨੂੰ, ਇਹਨਾਂ ਦੀ ਥਾਂ ਤੇ ਹੋਰ ਚੱਲ ਕੰਮ ਚੱਲੂਗਾ। ਵਾਹਵਾ ਕੁਛ ਹੈ, ਕਾਰੋਬਾਰ ਹੈ, ਸਾਈਡ ਬਿਜ਼ਨਸ ਜਿਹਨੂੰ ਕਹਿੰਦੇ ਹੁੰਦੇ ਆ, ਮੈਨੂੰ ਲੱਗਦਾ ਜੇਲਾਂ ਜੁਲਾਂ ਜੀ। ਦੇਖੋ ਗੱਲ ਇਹ ਹੈ ਕਿ ਅਸੀਂ ਤਾਂ ਐਨ ਆਰ ਆਈ ਭਾਈਚਾਰੇ ਨੂੰ ਇਹੀ ਗੱਲ ਕਹਾਂਗੇ ਕਿ ਕੋਈ ਉਹ ਅਜਿਹਾ ਕੰਮ ਹੀ ਨਾ ਕਰਨ ਕਿ ਉਹਨਾਂ ਨੂੰ ਇਹਨਾਂ ਜੇਲਾਂ ਦਾ ਮੂੰਹ ਦੇਖਣਾ ਪਵੇ, ਤੇ ਕਿਉਂਕਿ ਉਹ ਉਹਨਾਂ ਮੁਲਕਾਂ ਦੇ ਵਿਚ ਵੱਸ ਰਹੇ ਨੇ ਜਿੱਥੇ ਕਾਨੂੰਨ ਦੀ ਜਿਹੜੀ ਹੈਗੀ ਹੈ ਪਾਲਣਾ ਕੀਤੀ ਜਾਂਦੀ ਹੈ। ਜੇਕਰ ਤੁਸੀਂ ਕਾਨੂੰਨ ਦੀ ਪਾਲਣਾ ਨਹੀਂ ਕਰੋਗੇ ਤਾਂ ਤੁਹਾਡੇ ਖਿਲਾਫ਼ ਕੋਈ ਵੀ ਕਾਰਵਾਈ ਹੋ ਸਕਦੀ ਹੈ। ਪਰ ਇਹ ਦੇਖਣ ਵਿਚ ਆਇਆ ਕਿ ਇਹੀ ਕਾਰਨ ਹੈ ਕਿ ਜਿਹੜੇ ਬਾਹਰਲੇ ਮੁਲਕ ਨੇ, ਭਾਵੇਂ ਕ੍ਰਾਈਮ ਤਾਂ ਉਥੇ ਵੀ ਹੁੰਦੇ ਨੇ, ਜਿੰਨੇ ਭਾਰਤ ਵਿਚ ਹੁੰਦੇ ਨੇ ਉਨੇ ਨਹੀਂ ਹੁੰਦੇ ਹੈਗੇ, ਹੁੰਦੇ ਨੇ ਤੇ ਉਹਨਾਂ ਨੂੰ ਜਿਹੜੀਆਂ ਸਜ਼ਾਵਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਸਖ਼ਤ ਹੁੰਦੀਆਂ ਨੇ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਉਥੇ ਜੇਕਰ ਉਮਰ ਕੈਦ ਹੁੰਦੀ ਹੈ ਤਾਂ ਉਮਰ ਕੈਦ ਦਾ ਮਤਲਬ ਉਮਰ ਕੈਦ ਹੁੰਦਾ, ਉਹਦਾ ਮਤਲਬ ਇਹ ਨਹੀਂ ਹੁੰਦਾ ਕਿ 12 ਸਾਲ ਕੱਟ ਜਾਓ ਤੇ ਬਾਹਰ ਆ ਜਾਓ। ਤੇ ਸਾਡੇ ਇੱਥੇ ਕਈ ਜਿਹੜੇ ਜੇਲ੍ਹ ਮੈਨੂਅਲ ਬਣੇ ਹੋਏ ਨੇ ਉਹਨਾਂ ਵਿਚ ਦੇਖਣ ਵਿਚ ਆਇਆ ਕਿਸੇ ਸੂਬੇ ਦੇ ਵਿਚ 12 ਸਾਲ ਹੀ ਕੱਟਦੇ ਨੇ, ਕਿਸੇ ਚ 14 ਸਾਲ ਕੱਟਦੇ ਆ, ਤੇ ਉਹ ਸਿਰਫ਼ ਤੇ ਸਿਰਫ਼ ਜੋ ਹੈਗਾ ਸੂਬਿਆਂ ਦੇ ਉੱਤੇ ਨਿਰਭਰ ਕਰਦਾ। ਤੇ ਇਹ ਵੀ ਦੇਖਣ ਚ ਆਇਆ ਕਿ ਜਿਹੜੇ ਲੋਕ ਪੈਰੋਲ ਦੇ ਉੱਤੇ ਚਲੇ ਜਾਂਦੇ ਨੇ, ਉਹ ਚਾਹੀਦਾ ਇਹ ਹੈ ਕਿ ਪੈਰੋਲ ਦੇ ਉੱਤੇ ਜਾ ਕੇ, ਜ਼ਮਾਨਤ ਦੇ ਉੱਤੇ ਜਾ ਕੇ ਆਪਣੇ ਆਪ ਦੇ ਸੁਧਾਰ ਕਰਨ ਕਿ ਉਹਨਾਂ ਦੇ ਉਹਨਾਂ ਕੋਲੋਂ ਕੋਈ ਅਜਿਹਾ ਕੰਮ ਨਾ ਹੋਵੇ ਜਿਸ ਨਾਲ ਕਿ ਫੇਰ ਦੁਬਾਰਾ ਜੇਲ੍ਹ ਦੇ ਵਿਚ ਜਾ ਕੇ ਉਹਨਾਂ ਦੇ ਉੱਤੇ ਹੋਰ ਜ਼ਿਆਦਾ ਸਖ਼ਤੀ ਹੋਵੇ। ਪਰ ਦੇਖਣ ਚ ਆਇਆ ਕਿ ਜਿਹੜੇ ਲੋਕ ਜ਼ਮਾਨਤ ਦੇ ਵਿਚ ਆ ਜਾਂਦੇ ਨੇ ਤਾਂ ਫੇਰ ਉਹ ਉਸ ਸਮੇਂ ਦੌਰਾਨ ਹੀ ਅਜਿਹੇ ਅਪਰਾਧ ਕਰ ਲੈਂਦੇ ਨੇ ਤੇ ਮੁੜ ਫੇਰ ਜੇਲ੍ਹਾਂ ਦੇ ਵਿਚ ਚਲੇ ਜਾਂਦੇ ਨੇ। ਜੀ ਉੱਥੇ ਜਾਣਾ ਹੀ ਹੈ ਜੀ, ਉੱਥੇ ਫਿਰ ਉਹਨਾਂ ਦਾ ਹਿਸਾਬ ਕਿਤਾਬ ਜਿਹਾ ਹੋ ਜਾਂਦਾ, ਗੱਲਬਾਤ ਜੀ ਖੁੱਲ ਜਾਂਦੀ ਹੈ। ਖੈਰ ਸੁਮੇਧ ਸੈਣੀ ਹੋਰੇ ਜਾਣਗੇ ਜੀ ਜੇਲ੍ਹ ਜਾਂ ਫਿਰ ਹਾਈਕੋਰਟ ਦੇ ਬਾਰੇ ਚ ਮੁੜੇ ਆਉਣਗੇ? ਦੇਖੋ ਗੱਲ ਇਹ ਹੈ ਕਿ ਕੱਲ ਉਹਨਾਂ ਦੀ ਜੋ ਜ਼ਮਾਨਤ ਸੀ, ਅਗਾਊਂ ਜ਼ਮਾਨਤ ਸੀ, ਅਰਜੀ ਸੀ ਉਹ ਰੱਦ ਕਰ ਚੁੱਕੇ ਨੇ ਤੇ ਹੁਣ ਉਹਨਾਂ ਨੇ ਹਾਈਕੋਰਟ ਦਾ ਦਰਵਾਜ਼ਾ ਖਟਾਇਆ। ਹੁਣ ਹਾਈਕੋਰਟ ਕੀ ਫੈਸਲਾ ਕਰਦੀ ਹੈ, ਉਹਨਾਂ ਨੂੰ ਅਗਾਊਂ ਜ਼ਮਾਨਤ ਦਿੰਦੀ ਹੈ ਨਹੀਂ ਦਿੰਦੀ ਹੈਗੀ, ਇਹ ਸਮਾਂ ਦੱਸੂਗਾ ਜਾਂ ਜੱਜ ਸਾਹਿਬ ਦੱਸਣਗੇ, ਜਾਂ ਵਕੀਲਾਂ ਨੇ ਕਿਹੋ ਜਿਹੀ ਦਲੀਲਾਂ ਦਿੱਤੀਆਂ ਨੇ ਉਸ ਦੇ ਉੱਤੇ ਨਿਰਭਰ ਕਰਦਾ। ਪਰ ਇਹ ਗੱਲ ਤਾਂ ਹੈ ਹੀ ਹੈ ਕਿ ਇਸ ਸਮੇਂ ਸੁਮੇਧ ਸੈਣੀ ਬੜੀ ਖੁਸੂਤੀ ਸਥਿਤੀ ਵਿਚ ਫਸੇ ਹੋਏ ਨੇ। ਜਿਵੇਂ ਕਿ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਇਹ ਜੋ ਜਿੰਨੇ ਵੀ ਉੱਚੇ ਉੱਚੇ ਪੁਲਿਸ ਅਧਿਕਾਰੀ ਨੇ ਆਪਣੇ ਸਮੇਂ ਦੇ ਵਿਚ ਇਹਨਾਂ ਨੇ ਬਹੁਤ ਜ਼ਿਆਦਾ ਚੰਮਦੀਆਂ ਚਲਾਈਆਂ ਨੇ ਤੇ ਅੱਜ ਇਹ ਅੜਿੱਕੇ ਦੇ ਵਿਚ ਆਏ ਨੇ ਤੇ ਇਸ ਗੱਲ ਕਰਕੇ ਲੋਕਾਂ ਦੀ ਹਮਦਰਦੀ ਉਹਨਾਂ ਦੇ ਨਾਲ ਨਹੀਂ ਹੈਗੀ। ਤੇ ਇਹ ਜੋ ਘਟਨਾਕ੍ਰਮ ਵਾਪਰ ਰਿਹਾ ਇਹਨੇ ਨਾ ਕਈ ਹੋਰ ਜਿਹੜੀ ਨਵੀਆਂ ਬਹਿਸਾਂ ਸ਼ੁਰੂ ਕਰ ਦਿੱਤੀਆਂ, ਚਰਚਾਵਾਂ ਸ਼ੁਰੂ ਕਰਤੀਆਂ ਨੇ ਤੇ ਬਹੁਤ ਸਾਰੇ ਲੋਕ ਹੁਣ ਇਹ ਗੱਲ ਕਹਿਣ ਲੱਗ ਪਏ ਨੇ ਕਿ 80 ਤੇ 90 ਦੇ ਦਹਾਕੇ ਦੇ ਵਿਚ ਇਹਨਾਂ ਪੁਲਿਸ ਅਧਿਕਾਰੀਆਂ ਨੇ ਜਿਨ੍ਹਾਂ ਵਿਚੋਂ ਰਿਬੇਰੋ ਸੀਗਾ, KPS ਗਿੱਲ ਸੀ, ਮੇਲ ਸੈਣੀਆਂ ਜਾਂ ਹੋਰ ਵੀ ਕਈ ਹੈਗੇ ਆ ਤੇ ਇਹਨਾਂ ਨੇ ਬਹੁਤ ਸਾਰੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਚ ਮਾਰਿਆ। ਉਹਦਾ ਕਾਰਨ ਇਹ ਵੀ ਸੀਗਾ ਕਿ ਸਰਕਾਰ ਵੱਲੋਂ ਇਹਨਾਂ ਨੌਜਵਾਨਾਂ ਦੇ ਉੱਤੇ ਇਨਾਮ ਰੱਖੇ ਹੋਏ ਸੀਗੇ ਤੇ ਇਨਾਮ ਹਾਸਲ ਕਰਨ ਵਾਸਤੇ ਵੀ ਇਹਨਾਂ ਨੌਜਵਾਨਾਂ ਨੂੰ ਮਾਰਿਆ ਗਿਆ ਸੀਗਾ। ਤੇ ਇਹ ਕਿਹਾ ਜਾਂਦਾ ਹੈ ਕਿ ਕਿਉਂ ਨਾ ਮਤਲਬ ਇੱਕ ਮੁਹਿੰਮ ਚੱਲਣੀ ਚਾਹੀਦੀ ਹੈ ਸਰਕਾਰ ਵੱਲੋਂ ਕਿ ਜਿਹੜੇ ਝੂਠੇ ਪੁਲਿਸ ਮੁਕਾਬਲੇ ਹੋਏ ਉਹਨਾਂ ਦਾ ਰਿਕਾਰਡ ਇਕੱਠਾ ਕੀਤਾ ਜਾਵੇ ਤਾਂ ਪਤਾ ਤਾਂ ਲੱਗੇ ਕਿ ਉਸ ਸਮੇਂ ਦੌਰਾਨ ਕਿੰਨੇ ਕੁ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਚ ਮਾਰਿਆ ਗਿਆ ਸੀਗਾ। ਤੇ ਜਿਵੇਂ ਕਿ ਜਸਵੰਤ ਸਿੰਘ ਖਾਲੜਾ ਨੇ, ਉਹ ਇੱਕ ਬਹੁਤ ਵੱਡੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਸੀਗੇ, ਉਹਨਾਂ ਨੇ ਇਹ ਰਿਪੋਰਟ ਤਿਆਰ ਵੀ ਕਰਨੀ ਸੀ, ਇਕੱਠੀ ਵੀ ਕਰਨੀ ਸੀਗੀ ਤੇ ਉਹਨਾਂ ਨੇ ਪਤਾ ਲਗਾਇਆ ਸੀਗਾ ਵੀ ਕਿੰਨੇ ਕੁ ਨੌਜਵਾਨਾਂ ਨੂੰ ਜਿਹੜੀਆਂ ਅਣਦੱਸੀਆਂ ਲਾਸ਼ਾਂ ਦੱਸ ਕੇ ਉਹਨਾਂ ਨੂੰ ਸੰਸਕਾਰ ਕੀਤੇ ਗਏ ਸੀਗੇ, ਉਹਨਾਂ ਦਾ ਰਿਕਾਰਡ ਵੀ ਇਕੱਠਾ ਕੀਤਾ ਜਾਂਦੀ ਹੈ। ਅਫਸੋਸ ਦੀ ਗੱਲ ਇਹ ਹੈ ਕਿ ਉਹਨਾਂ ਨੂੰ ਵੀ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀਗਾ। ਇਸੇ ਤਰੀਕੇ ਨਾਲ ਇੱਕ ਆਪਣੇ ਗੁਰਦੇਵ ਸਿੰਘ ਕੌਂਕੇ ਹੁੰਦੇ ਸੀਗੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੁੰਦੇ ਸੀਗੇ,
ਉਹਨਾਂ ਨੂੰ ਵੀ ਪਤਾ ਹੀ ਲੱਗਿਆ ਸੀਗਾ ਕਿਸ ਤਰੀਕੇ ਨਾਲ ਉਹਨੇ ਮਾਰ ਦਿੱਤਾ ਉਹਨਾਂ ਝੂਠੇ ਪੁਲਿਸ ਮੁਕਾਬਲੇ ਚ। ਤੇ ਉਸ ਸਮੇਂ ਤਾਂ ਇਹ ਹੁੰਦਾ ਸੀਗਾ ਕਿ ਇਹ ਦੱਸਦੇ ਸੀਗੇ ਕਿ ਪੁਲਿਸ ਕਿਸੇ ਵਿਅਕਤੀ ਨੂੰ ਲੈ ਕੇ ਜਾ ਰਹੀ ਸੀਗੀ ਤੇ ਉਹ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਉਹ ਗੋਲੀ ਚਲਾ ਦਿੱਤੀ, ਉਹ ਮੁਕਾਬਲੇ ਵਿਚ ਮਾਰਿਆ ਗਿਆ। ਇਸ ਤਰੀਕੇ ਦੇ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਉਸ ਸਮੇਂ ਮਾਰਿਆ ਗਿਆ ਸੀਗਾ। ਤੇ ਇਸ ਸੰਬੰਧ ਚ ਹੁਣ ਤਾਂ ਬਹੁਤ ਸਾਰੇ ਲੋਕ ਇਹ ਵੀ ਗੱਲ ਕਰਨ ਲੱਗ ਗਏ ਨੇ ਕਿ ਪ੍ਰਕਾਸ਼ ਸਿੰਘ ਬਾਦਲ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ, ਜੋ ਕਿ ਆਪਣੇ ਆਪ ਨੂੰ ਸਿੱਖਾਂ ਦੀ ਪ੍ਰਤੀਨਿਧ ਪਾਰਟੀ ਕਹਾਉਂਦੀ ਹੈ, ਇਸ ਮੌਕੇ ਦੌਰਾਨ ਹੀ ਜਿਹੜੇ ਹੈਗੇ ਇਸ ਸੱਚ ਨੂੰ ਬਾਹਰ ਲਿਆਂਦਾ ਜਾ ਸਕਦਾ ਸੀਗਾ ਕਿ ਕਿੰਨੇ ਲੋਕਾਂ ਨੂੰ ਝੂਠੇ ਪੁਲਿਸ ਮੁਕਾਬਲੇ ਚ। ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਦੇ ਦੌਰ ਦੇ ਵਿਚ, ਇਨ੍ਹਾਂ ਦੇ ਕਾਰਜਕਾਲ ਦੇ ਵਿਚ ਸੁਮੇਰ ਸਿੰਘ ਸੈਣੀ ਵਰਗੇ ਲੋਕਾਂ ਨੂੰ ਜਿਹੜਾ ਹੈਗਾ ਪੁਲਿਸ ਮੁਖੀ ਬਣਾਇਆ ਗਿਆ, ਜਦਕਿ ਚਾਹੀਦਾ ਸੀਗਾ ਕਿ ਜਾਂਚ ਉਨ੍ਹਾਂ ਮੌਕੇ ਹੁੰਦੀ ਤੇ ਪਤਾ ਲੱਗਦਾ ਕਿ ਸੁਮੇਰ ਸੈਣੀ ਨੇ ਆਪਣੇ ਸਮੇਂ ਦੌਰਾਨ ਕਿਹਨਾਂ ਲੋਕਾਂ ਨੂੰ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿਚ ਮਾਰਿਆ ਸੀਗਾ। ਅਫਸੋਸ ਦੀ ਗੱਲ ਇਹ ਹੈ ਕਿ ਜੋ ਅਕਾਲੀਆਂ ਦੀ ਸਰਕਾਰ ਸੀਗੀ ਉਸ ਨੇ ਆਪਣੀ ਜਿਹੜੀ ਹੈਗੀ ਹੈ ਸਹੀ ਭੂਮਿਕਾ ਨਹੀਂ ਨਿਭਾਈ। ਤੇ ਇਸ ਦਾ ਫੇਰਾ ਵੀ ਹੁਣ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਦੇਣ ਲੱਗ ਪਏ ਨੇ ਕਿ ਜਿੱਥੇ ਜਿਸ ਮਤਲਬ ਬਾਕੀ ਕੰਮ ਵੀ ਕੀਤੇ ਤੇ ਝੂਠੇ ਪੁਲਿਸ ਮੁਕਾਬਲੇ ਦੇ ਵਿਚ ਮੁਕਾਬਲਾ ਕਰਨ ਵਾਲੇ ਸੁਮੇਰ ਸੈਣੀ ਨੂੰ ਵੀ ਉਨ੍ਹਾਂ ਵੱਲੋਂ ਹੀ ਜੇਲ੍ਹ ਵਿਚ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਜੀ, ਇਹ ਵੀ ਦੇਖ ਲੋ ਹਨਾ, ਸਮੇਂ ਸਮੇਂ ਦੀ ਗੱਲ ਹੈ। ਸਮਾਂ ਬੜਾ ਸਮਰੱਥ ਹੁੰਦਾ ਤੇ ਥੋੜੀ ਜਿਹੀ ਸਮਰੱਥਾ ਸਮੇਂ ਨੂੰ ਹੋਰ ਮਿਲ ਜੇ ਫੇਰ ਕਈ ਤਪਦੇ ਦਿਲਾਂ ਨੂੰ ਸ਼ਾਂਤੀ ਮਿਲੂ। ਆਪਾਂ ਇੱਕ ਬ੍ਰੇਕ ਲਈਏ ਜੀ, ਫਿਰ ਅਗਲੀ ਗੱਲ ਦੇ ਉੱਤੇ ਧਿਆਨ ਕੇਂਦਰਿਤ ਕਰਦੇ ਹਾਂ। ਜੀ, ਹਾਜ਼ਰਾਂ ਜੀ, ਇੱਕ ਵਾਰ ਫੇਰ ਬ੍ਰੇਕ ਤੋਂ ਬਾਅਦ ਤੇ ਅਗਲੀਆਂ ਗੱਲਾਂ ਕਰੀਏ ਜੀ ਆਪਾਂ ਹੋਰ ਸਾਂਝੀਆਂ, ਕਿਉਂਕਿ ਕਈ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਤੁਹਾਡਾ ਧਿਆਨ ਕੇਂਦਰਿਤ ਕਰਨਾ ਤੇ ਸਾਡਾ ਧਿਆਨ ਪਹਿਲਾਂ ਹੀ ਉਨ੍ਹਾਂ ਤੇ ਕੇਂਦਰਿਤ ਹੈ। ਇੱਕ ਮੈਗਜ਼ੀਨ ਦੇ ਵਿਚ ਫੇਰ ਪ੍ਰਕਾਸ਼ਿਤ ਹੋਏ ਪੈਗੰਬਰ ਮੁਹੰਮਦ ਸਾਹਿਬ ਦੇ ਵਿਵਾਦਤ ਕਾਰਟੂਨ, ਤੇ ਇਹ ਵੀ ਯਾਦ ਹੈ ਜੀ ਕਿ ਇੱਕ ਪਹਿਲਾਂ ਹੋਏ ਸੀ ਤੇ ਉਦੋਂ ਬੜਾ ਘਾਤਕ ਵਰਤਾਰਾ ਵਾਪਰਿਆ ਸੀ। ਦੇਖੋ ਸਿੱਧੂ ਸਾਹਿਬ, ਇਹ ਇੱਕ ਮੈਗਜ਼ੀਨ ਆਫ ਫਰਾਂਸ ਦਾ ਸ਼ਰਲੀ ਹੈਬਡੋ ਜੀ, ਤੇ ਉਸ ਦੇ ਉੱਤੇ ਇਹ 12 ਕਾਰਟੂਨ ਛਾਪ ਗਏ ਨੇ ਮੁਹੰਮਦ ਸਾਹਿਬ ਦੇ ਨਾਲ ਸੰਬੰਧਿਤ ਨੇ। ਤੇ ਇਸ ਗੱਲ ਕਰਕੇ ਇਸ ਦੀ ਚਰਚਾ ਇੱਕ ਵਾਰ ਫੇਰ ਕੌਮਾਂਤਰੀ ਪੱਧਰ ਤੇ ਹੋ ਰਹੀ ਹੈ ਜੀ। ਤੇ ਇਸ ਸੰਬੰਧ ਵਿਚ ਤੁਹਾਨੂੰ ਯਾਦ ਹੋਊਗਾ ਕਿ 2015 ਦੇ ਵਿਚ ਇਸ ਮੈਗਜ਼ੀਨ ਨੇ ਮੁਹੰਮਦ ਸਾਹਿਬ ਦਾ ਕਾਰਟੂਨ ਛਾਪਿਆ ਸੀਗਾ ਜੀ। ਤਾਂ ਉਸ ਸਮੇਂ ਜਿਹੜੇ ਕੱਟੜਪੰਥੀ ਲੋਕ ਸੀਗੇ, ਜਹਾਦੀ ਸੀਗੇ, ਉਨ੍ਹਾਂ ਨੇ 7 ਜਨਵਰੀ 2015 ਨੂੰ ਇੱਕ ਵੱਡਾ ਹਮਲਾ ਕਰਾਇਆ ਸੀਗਾ ਇਸ ਅਖਬਾਰ ਤੇ ਦਫ਼ਤਰ ਦੇ ਉੱਤੇ ਜੀ, ਤੇ ਉਹਦੇ ਵਿਚ 12 ਲੋਕ ਮਾਰੇ ਗਏ ਸੀਗੇ। ਤੇ ਉਨ੍ਹਾਂ ਜਹਾਦੀਆਂ ਨੇ ਫੇਰ ਹੋਰ ਵੀ ਫਰਾਂਸ ਦੇ ਵਿਚ ਹਮਲੇ ਕੀਤੇ, ਉਹਦੇ ਵਿਚ 5 ਵਿਅਕਤੀ ਹੋਰ ਮਾਰੇ ਗਏ ਸੀਗੇ ਤੇ ਇਸ ਤਰੀਕੇ ਨਾਲ 17 ਵਿਅਕਤੀ ਮਾਰੇ ਗਏ ਸੀਗੇ। ਤੇ ਹੁਣ ਇਹ ਕਾਰਟੂਨ ਉਸ ਸਮੇਂ ਛਾਪੇ ਜਾ ਰਹੇ ਨੇ ਜਿਹੜੇ ਉਸ ਜਿਹੜੇ ਇਸ ਹਮਲੇ ਉਸ ਹਮਲੇ ਜਿਹੜੇ ਕੀਤੇ ਸੀਗੇ ਉਨ੍ਹਾਂ ਦੇ ਜਿਹੜੇ ਦੋਸ਼ੀ ਨੇ ਉਨ੍ਹਾਂ ਦੇ ਖਿਲਾਫ਼ ਮੁਕੱਦਮਾ ਚੱਲਣ ਵਾਲਾ ਹੈ ਤੇ ਚੱਲ ਹੁਣ ਛੇਤੀ ਚੱਲਣਾ। ਤੇ ਇਹ ਜਿਹੜਾ ਕਾਰਟੂਨ ਹੈ ਉਹਦੇ ਵਿਚ ਇਹ ਦਿਖਾਇਆ ਗਿਆ ਕਿ ਮੁਹੰਮਦ ਸਾਹਿਬ ਪਗੜੀ ਦੀ ਥਾਂ ਤੇ ਬੰਬ ਬੰਨ ਰਹੇ ਨੇ ਸਿਰ ਦੇ ਉੱਤੇ, ਤੇ ਉਸ ਦੇ ਵਿਚ ਉਨ੍ਹਾਂ ਨੇ ਆਪਣੀ ਹੈਡਲਾਈਨ ਇਹ ਲਿਖੀ ਹੈ ਇਸ ਮੈਗਜ਼ੀਨ ਨੇ, ਇੰਨਾ ਸਭ ਕੁਝ ਇਸ ਦੇ ਲਈ ਹੋਇਆ ਵੀ ਮਤਲਬ ਇੰਨਾ ਖੂਨ ਖਰਾਬਾ ਸਿਰਫ ਇਸ ਕਾਰਟੂਨ ਦੇ ਲਈ ਹੋਇਆ। ਦੇਖੋ ਗੱਲ ਇਹ ਹੈ ਕਿ ਅਸੀਂ ਇਹ ਤਾਂ ਨਹੀਂ ਕਹਿੰਦੇ ਹੈਗੇ ਕਿ ਉਹ ਮੈਗਜ਼ੀਨ ਠੀਕ ਕਰ ਰਿਹਾ ਜਾਂ ਉਹ ਉਨ੍ਹਾਂ ਦੀ ਫਰਾਂਸ ਵਾਲਿਆਂ ਦੀ ਆਪਣੀ ਆਜ਼ਾਦੀ ਹੈ, ਪਰ ਇਹ ਤਾਂ ਜ਼ਰੂਰੀ ਹੈ ਕਿ ਜਿੱਥੇ ਜਿੱਥੇ ਵੀ ਜਿਹੜੇ ਧਾਰਮਿਕ ਮਤਲਬ ਪੈਗੰਬਰ ਨੇ ਉਨ੍ਹਾਂ ਦੇ ਉੱਤੇ ਕਾਰਟੂਨ ਦੇ ਉੱਤੇ ਜਿਹੜੀ ਹੈ ਪਾਬੰਦੀ ਪਹਿਲਾਂ ਤੋਂ ਹੀ ਚੱਲਦੀ ਆ ਰਹੀ, ਕਈ ਥਾਵਾਂ ਦੇ ਉੱਤੇ ਕਈ ਧਰਮਾਂ ਦੇ ਵਿਚ ਚੱਲਦੀ ਹੈ, ਜਿਵੇਂ ਸਿੱਖਾਂ ਦੇ ਵਿਚ ਹੈ, ਸਿੱਖਾਂ ਦੇ ਵਿਚ ਵੀ
ਜਿਵੇਂ ਆਪਾਂ ਫਿਲਮਾਂ ਦਿਖਾਉਂਦੇ ਹਾਂ, ਫਿਲਮਾਂ ਦੇ ਵਿੱਚ ਕੋਈ ਵੀ ਜਿਹੜਾ ਕਰੈਕਟਰ ਹੈ ਉਸ ਤਰੀਕੇ ਦਾ ਨਹੀਂ ਦਿਖਾਇਆ ਜਾਂਦਾ ਜਿਹੜਾ ਕਿ ਚੱਲਦਾ ਫਿਰਦਾ ਹੋਵੇ ਜਾਂ ਆਮ ਮਨੁੱਖ ਵਰਗਾ ਹੋਵੇ। ਇਹ ਸਾਡੇ ਸ਼ੁਰੂ ਤੋਂ ਪਾਬੰਦੀ ਚੱਲੀ ਆ ਰਹੀ ਹੈ। ਹਾਲ ਹੀ ਦੇ ਵਿੱਚ ਕਈ ਫਿਲਮਾਂ ਵੀ ਬਣੀਆਂ ਜਿਵੇਂ ਚਾਰ ਸਾਹਿਬਜ਼ਾਦੇ ਆ, ਉਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਉਹ ਮਤਲਬ ਨਹੀਂ ਦਿਖਾਇਆ ਗਿਆ, ਕਰੈਕਟਰ ਨਹੀਂ ਦਿਖਾਇਆ ਗਿਆ ਜੋ ਕਿ ਚਲਦੇ ਫਿਰਦੇ ਜਿਹੜਾ ਹੈਗਾ ਕਰੈਕਟਰ ਵਰਗਾ ਹੋਵੇ। ਤੇ ਇਸ ਤਰੀਕੇ ਨਾਲ ਮੁਸਲਿਮ ਭਾਈਚਾਰੇ ਦੇ ਵਿੱਚ ਤਾਂ ਪੈਗੰਬਰ ਸਾਹਿਬ ਦੀ ਕੋਈ ਤਸਵੀਰ ਤੱਕ ਨਹੀਂ ਬਣਾਈ ਜਾਂਦੀ ਹੈਗੀ। ਤੁਸੀਂ ਕਦੇ ਵੀ ਦੇਖ ਲਓ ਕਿਸੇ ਵੀ ਮੁਸਲਮਾਨ ਪਰਿਵਾਰ ਦੇ ਦੇਖੋਗੇ, ਉੱਥੇ ਪੈਗੰਬਰ ਸਾਹਿਬ ਦੀ ਤਸਵੀਰ ਨਹੀਂ ਹੁੰਦੀ, ਕੁਰਾਨ ਦੀ ਹੀ ਤਸਵੀਰ ਹੁੰਦੀ ਹੈ, ਬਿਲਕੁਲ ਮੱਕੇ ਮਦੀਨੇ ਦੇ ਦੀ ਹੁੰਦੀ ਹੈ। ਤੇ ਇਸ ਗੱਲ ਕਰਕੇ ਭਾਵੇਂ ਕਿ ਅਸੀਂ ਇਹ ਦੇਖਦੇ ਆ ਰਹੇ ਹਾਂ ਕਿ ਪਿਛਲੇ ਸਮੇਂ ਤੋਂ ਜਿਹੜਾ ਇਸਲਾਮਿਕ ਸਟੇਟ ਹੈ ਉਹਨੇ ਪੂਰੀ ਦੁਨੀਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ, ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਰੇ ਹੀ ਮੁਸਲਮਾਨ ਕੱਟੜਪੰਥੀ ਨੇ, ਸਾਰੇ ਹੀ ਮੁਸਲਮਾਨ ਅੱਤਵਾਦੀ ਨੇ, ਜਾਂ ਸਾਰੇ ਹੀ ਮੁਸਲਮਾਨ ਦੰਗੇ ਕਰਦੇ ਨੇ ਜਾਂ ਧਮਾਕੇ ਕਰਦੇ ਨੇ। ਤੇ ਜੇਕਰ ਤੁਸੀਂ ਆਮ ਮੁਸਲਮਾਨਾਂ ਬਾਰੇ ਅਜਿਹੀ ਰਾਏ ਰੱਖ ਸਕਦੇ ਹੋ ਤਾਂ ਉਹਨਾਂ ਦਾ ਜੋ ਪੈਗੰਬਰ ਹੈ ਜੇਕਰ ਉਸ ਦੇ ਨਾਲ ਤੁਸੀਂ ਛੇੜਖਾਨੀ ਕਰੋਗੇ ਜਾਂ ਉਸ ਸੰਬੰਧ ਵਿੱਚ ਕੋਈ ਨਾ ਕੋਈ ਅਜਿਹਾ ਤੁਸੀਂ ਤੰਦ ਕਰੋਗੇ ਵਿਅੰਗ ਕਰੋਗੇ ਤਾਂ ਇਹ ਇੱਕ ਕੁਦਰਤੀ ਵਰਤਾਰਾ ਹੈ ਕਿ ਕੁਛ ਲੋਕ ਇਸ ਦੇ ਲਈ ਗੁੱਸੇ ਵਿੱਚ ਆ ਸਕਦੇ ਆ। ਪਰ ਇਹ ਵੀ ਇੱਕ ਗੱਲ ਇਹ ਹੈ ਕਿ ਅਫਸੋਸ ਦੀ ਗੱਲ ਇਹ ਹੈ ਕਿ ਬਹੁਤ ਸਾਰੇ ਜਿਹੜੇ ਖਾਸ ਤੌਰ ਤੇ ਇਸਲਾਮਿਕ ਸਟੇਟ ਦੇ ਪ੍ਰਭਾਵ ਹੇਠ ਨੇ ਉਹਨਾਂ ਲਈ ਚਲੋ ਇਹ ਤਾਂ ਇੱਕ ਮੌਕਾ ਮਿਲ ਗਿਆ। ਉਹਨਾਂ ਵੱਲੋਂ ਤਾਂ ਅਸੀਂ ਇਹ ਦੇਖਿਆ ਕਿ ਪੱਛਮੀ ਮੁਲਕਾਂ ਦੇ ਵਿੱਚ ਕਿਸ ਤਰੀਕੇ ਨਾਲ ਧਮਾਕੇ ਕੀਤੇ ਜਾਂਦੇ ਨੇ, ਕਿਸ ਤਰੀਕੇ ਨਾਲ ਗੋਲੀਆਂ ਚਲਾਈਆਂ ਜਾਂਦੀਆਂ ਨੇ, ਕਿਵੇਂ ਲੋਕਾਂ ਨੂੰ ਮਾਰਿਆ ਜਾਂਦਾ ਹੈ ਜੀ। ਤੇ ਇਹ ਜਿਹੜਾ ਹੈਗਾ ਆਪਾਂ ਕਹਿ ਸਕਦੇ ਹਾਂ ਕਿ ਇਹ ਠੀਕ ਹੈ, ਫਰਾਂਸ ਦੇ ਲੋਕਾਂ ਦੀ ਆਪਣੀ ਆਜ਼ਾਦੀ ਹੈ। ਫਰਾਂਸ ਦੇ ਵਿੱਚ ਅਸੀਂ ਕਈ ਵਾਰ ਇਹ ਵੀ ਦੇਖਿਆ ਹੈ ਕਿ ਜਿਹੜੇ ਸਿੱਖ ਭਾਈਚਾਰਾ ਵੱਲੋਂ ਵੀ ਬਹੁਤ ਸਾਰੇ ਪ੍ਰੋਟੈਸਟ ਕੀਤੇ ਜਾਂਦੇ ਨੇ ਕਿ ਸਾਨੂੰ ਜਿਹੜੇ ਆਪਣੇ ਜਿਹੜੇ ਜਿਵੇਂ ਗਾਤਰਾ ਸਾਹਿਬ ਨਹੀਂ ਪਾਉਣ ਦਿੱਤਾ ਜਾਂਦਾ। ਪਰ ਇਹ ਹੈ ਕਿ ਇਹ ਮੁਲਕੀ ਹੈ ਇਸ ਲਈ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਕਾਨੂੰਨ ਬਣਾਏ ਹੋਏ ਨੇ ਕਿ ਉਹ ਧਾਰਮਿਕ ਚਿੰਨਾਂ ਦੇ ਉੱਤੇ ਪਾਬੰਦੀ ਲਾਉਂਦੇ ਨੇ, ਉਨ੍ਹਾਂ ਵਾਸਤੇ ਕ੍ਰਿਸਚਨ ਵੀ ਉਸ ਤਰ੍ਹਾਂ ਨੇ, ਮੁਸਲਿਮ ਭਾਈਚਾਰੇ ਨੂੰ ਵੀ ਉਸ ਤਰੀਕੇ ਨਾਲ, ਮੁਸਲਿਮ ਭਾਈਚਾਰੇ ਵਾਲਿਆਂ ਨੂੰ ਜਿਹੜਾ ਹੈਗਾ ਬੁਰਕਾ ਨਹੀਂ ਪਾਉਣ ਦਿੱਤੇ, ਔਰਤਾਂ ਨੂੰ ਪਾਉਣ ਦਿੱਤੀ ਜਾਂਦੀਆਂ। ਪਰ ਫਿਰ ਵੀ ਇਹ ਹੈ ਕਿ ਜੋ ਕੁਛ ਵੀ ਹੋ ਰਿਹਾ ਤੇ ਭਾਵੇਂ ਇਹ ਉਨ੍ਹਾਂ ਦੀ ਆਪਣੀ ਆਜ਼ਾਦੀ ਹੈ, ਪਰ ਮੈਨੂੰ ਨਹੀਂ ਲੱਗਦਾ ਹੈ ਕਿ ਇਹ ਕੋਈ ਚੰਗੀ ਗੱਲ ਹੈ ਕਿ ਕੁਛ ਜਿਹੜੇ ਹੈਗੇ ਜਿਹੜੇ ਜਿਨ੍ਹਾਂ ਦੇ ਵਿੱਚ ਲੋਕਾਂ ਦੀ ਆਸਥਾ ਉਨ੍ਹਾਂ ਦੇ ਕਾਰਟੂਨ ਬਣਾਏ ਜਾਣ ਜੀ। ਇਹ ਵੀ ਗੱਲ ਹੈ ਕਿ ਜਿਨ੍ਹਾਂ ਦੇ ਵਿੱਚ ਜਿਨ੍ਹਾਂ ਦਾ ਵਿਸ਼ਵਾਸ ਹੈ ਆਸਥਾ ਉਨ੍ਹਾਂ ਦੇ ਕਾਰਟੂਨ ਬਣਾਏ ਜਾਣ, ਕਿਉਂਕਿ ਫੇਰ ਅਸੀਂ ਕਹਿ ਦਿੰਦੇ ਹਾਂ ਵਿਚਾਰਾਂ ਦਾ ਪ੍ਰਗਟਾਵਾ ਹੈ। ਤੇ ਜਦੋਂ ਤੁਸੀਂ ਕਿਸੇ ਦੇ ਨਾਲ ਸਿੰਜੜੀ ਜੀ ਛੇੜਦੇ ਹੋ ਕੋਈ ਇਹ ਵਿਚਾਰਾਂ ਦਾ ਪ੍ਰਗਟਾਵਾ ਨਹੀਂ ਰਹਿੰਦਾ, ਫਿਰ ਉੱਥੇ ਅਗਲਾ ਨਹੀਂ ਦੇਖਦਾ। ਤੇ ਸਿੱਧੂ ਸਾਹਿਬ, ਵੈਸੇ ਵੀ ਆਪਾਂ ਦੇਖਦੇ ਹਾਂ ਧਾਰਮਿਕ ਮਾਮਲੇ ਦੇ ਵਿੱਚ ਅਸੀਂ ਨਿੱਜੀ ਤੌਰ ਤੇ ਕਿਸੇ ਦੇ ਨਾਲ ਆਪਾਂ ਲੜ ਸਕਦੇ ਹਾਂ, ਪਰ ਕਈ ਵਾਰ ਜਦੋਂ ਅਸੀਂ ਧਾਰਮਿਕ ਮਾਮਲੇ ਦੇ ਵਿੱਚ ਕਿਸੇ ਦੇ ਗੁਰੂ ਨੂੰ, ਕਿਸੇ ਦੇ ਪੈਗੰਬਰ ਨੂੰ ਜਾਂ ਕਿਸੇ ਨੂੰ ਜਿੱਥੇ ਵੀ ਉਹਦੀ ਆਸਥਾ ਅਸੀਂ ਗਲਤ ਗੱਲ ਕਹਿੰਦੇ ਹਾਂ ਤਾਂ ਉਸ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਨੇ। ਤਾਂ ਉਹ ਧਾਰਮਿਕ ਮਾਮਲਿਆਂ ਦੇ ਵਿੱਚ ਜਿੰਨੇ ਵੀ ਹੁਣ ਤੱਕ ਜੰਗਾਂ ਹੋਈਆਂ ਨੇ, ਲੜਾਈਆਂ ਹੋਈਆਂ ਨੇ, ਟਕਰਾਓ ਹੁੰਦੇ ਨੇ, ਤੇ ਉਹਨਾਂ ਵਿੱਚ ਬਹੁਤ ਜ਼ਿਆਦਾ ਖੂਨ ਖਰਾਬਾ ਹੁੰਦਾ ਹੀ ਹੁੰਦਾ। ਤੇ ਇਸ ਗੱਲ ਕਰਕੇ ਸਾਨੂੰ ਇਸ ਸੰਬੰਧ ਵਿੱਚ ਸਹਿਣਸ਼ੀਲਤਾ ਵਰਤਣੀ ਚਾਹੀਦੀ ਹੈ। ਸਹਿਣਸ਼ੀਲਤਾ ਉਹਨਾਂ ਲੋਕਾਂ ਨੂੰ ਵੀ ਵਰਤਣੀ ਚਾਹੀਦੀ ਹੈ ਜਿਨ੍ਹਾਂ ਨੇ ਕਾਰਟੂਨ ਬਣਾਏ ਨੇ, ਤੇ ਉਹਨਾਂ ਲੋਕਾਂ ਨੂੰ ਵੀ ਵਰਤਣੀ ਚਾਹੀਦੀ ਹੈ ਜਿਹੜੇ ਇਸ ਦੇ ਖਿਲਾਫ਼ ਚੱਲਦੇ ਨੇ। ਠੀਕ ਹੈ, ਉਹਨਾਂ ਨੂੰ ਆਪਣੀ ਜਿਹੜੇ ਹੈਗੇ ਆਵਾਜ਼ ਉਠਾਉਣ ਦੀ ਜਿਹੜੀ ਹੱਕ ਹੈ ਉਹ ਉੱਥੇ ਆਪਣੇ ਸਰਕਾਰ ਦੇ ਖਿਲਾਫ਼ ਮਤਲਬ ਸਰਕਾਰ ਦੇ ਅੱਗੇ ਜਿਹੜਾ ਹੈਗਾ ਸੰਘਰਸ਼ ਕਰ ਸਕਦੇ ਆ ਜਾਂ ਧਰਨੇ ਲਾ ਸਕਦੇ ਆ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਇਸ ਦਾ ਮਤਲਬ ਇਹੀ ਹੁੰਦਾ ਕਿ ਅਸੀਂ ਗੋਲੀ ਚਲਾਉਣੀ ਆ ਲੋਕਾਂ ਨੂੰ ਮਾਰਨਾ ਹੀ ਮਾਰਨਾ। ਪਿਛਲੇ ਸਮੇਂ ਦੌਰਾਨ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ, ਇਸ ਦੇ ਨਾਲ ਜਦੋਂ ਇਹ ਐਸੀ ਘਟਨਾਵਾਂ ਵਾਪਰਦੀਆਂ ਹਨ ਤਾਂ ਇੱਕ ਧਰਮ ਵਿਸ਼ੇਸ਼ ਜਿਹੜਾ ਹੈਗਾ ਟਾਰਗੇਟ ਬਣ ਜਾਂਦਾ ਤੇ ਉਸ ਦੇ ਖਿਲਾਫ਼ ਜਿਹੜੇ ਲੋਕ ਹੋ ਜਾਂਦੇ ਨੇ, ਭਾਵਨਾਵਾਂ ਲੋਕਾਂ ਦੇ ਵਿੱਚ ਇਹ ਪੈਦਾ ਹੋ ਜਾਂਦੀ ਹੈ ਕਿ ਇਹ ਲੋਕ ਸਿਰਫ ਤੇ ਸਿਰਫ ਇਹੀ ਕੰਮ ਕਰਨਾ ਚਾਹੁੰਦੇ ਨੇ, ਉਸ ਤੋਂ ਸਿਵਾਇਆ ਇਹਨਾਂ ਨੂੰ ਕੁਛ ਨਹੀਂ ਆਉਂਦਾ ਹੈਗਾ ਜੀ। ਇਹ ਵੀ ਗੱਲ ਹੈ ਕਿ ਇਹੀ ਕੁਛ ਕਰਨਾ ਚਾਹੁੰਦੇ ਆ। ਤੇ ਸੁਖਬੀਰ ਬਾਦਲ ਦੀ ਗੱਲ ਆਪਾਂ ਕਰੀਏ, ਉਨ੍ਹਾਂ ਨੇ ਸਕਾਲਰਸ਼ਿਪ ਘਪਲੇ ਦੇ ਮਾਮਲੇ ਚ ਸੀ ਬੀ ਆਈ ਤੋਂ ਜਾਂਚ ਦੀ ਮੰਗ ਕੀਤੀ ਹੈ। ਦੇਖੋ
ਸੁਖਬੀਰ ਸਿੰਘ ਬਾਦਲ ਦੇ ਹੱਥ ਇਸ ਸਮੇਂ ਜਿਵੇਂ ਕਹਿੰਦੇ ਹੁੰਦੇ ਅੰਨੇ ਦੇ ਪੈਰ ਫਕੀਰ ਆ ਗਿਆ, ਉਸ ਤਰੀਕੇ ਨਾਲ ਇਹ ਮੁੱਦਾ ਮਿਲ ਚੁੱਕਾ। ਵਿਰੋਧੀ ਧਿਰ ਨੂੰ ਵੀ ਮਿਲਿਆ, ਹੋਰ ਵੀ ਕਈ ਮੁੱਦੇ ਮਿਲ ਰਹੇ ਨੇ। ਉਹਦਾ ਕਾਰਨ ਇਹ ਹੈ ਕਿ ਕਾਂਗਰਸ ਸਰਕਾਰ ਹੈ, ਕੈਪਟਨ ਅਮਰਿੰਦਰ ਦੀ ਸਰਕਾਰ ਹੈ, ਉਹਦੇ ਤੋਂ ਕਈ ਤਰੀਕੇ ਦੀਆਂ ਗਲਤੀਆਂ ਹੋ ਰਹੀਆਂ ਨੇ। ਜਿਵੇਂ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ, ਸ਼ਰਾਬ ਦਾ ਮਾਮਲਾ, ਕਿਸਾਨੀ ਦਾ ਮਾਮਲਾ ਤੇ ਬੇਰੁਜ਼ਗਾਰੀ ਦਾ ਮਾਮਲਾ, ਤੇ ਉਹ ਤਾਂ ਚਲੋ ਹਲੇ ਬਾਅਦ ਦੀ ਗੱਲ ਹੈ, ਪਰ ਇਹ ਜਿਹੜਾ ਹੈਗਾ ਸਕਾਲਰਸ਼ਿਪ ਵਾਲਾ ਮਾਮਲਾ, ਇਸ ਦੇ ਸਬੰਧ ਵਿਚ ਖਾਸ ਤੌਰ ਤੇ ਸਰਕਾਰ ਤਾਂ ਫਸੀ ਹੋਈ ਹੈ। ਸਾਧੂ ਸਿੰਘ ਧਰਮਸੋਤ ਬੁਰੀ ਤਰੀਕੇ ਦੇ ਨਾਲ ਫਸ ਚੁੱਕੇ ਨੇ, ਕਸੂਤੀ ਸਥਿਤੀ ਵਿਚ ਫਸੇ ਹੋਏ ਨੇ, ਤੇ ਉਸ ਦਾ ਪਤਾ ਇਸ ਗੱਲ ਤੋਂ ਵੀ ਲੱਗਦਾ ਹੈ ਕਿ ਕਿਸੇ ਵੀ ਕਾਂਗਰਸੀ ਨੇ, ਕਿਸੇ ਵੀ ਮੰਤਰੀ ਨੇ ਹਾਲੇ ਤੱਕ ਧਰਮਸੋਤ ਦੇ ਹੱਕ ਵਿਚ ਆਵਾਜ਼ ਨਹੀਂ ਉਠਾਈ ਹੈਗੀ। ਨਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਠਾਈ ਹੈ, ਨਾ ਕਿਸੇ ਮੰਤਰੀ ਨੇ ਉਠਾਈ ਹੈ, ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਉਨ੍ਹਾਂ ਨੇ ਵੀ ਨਹੀਂ ਉਠਾਈ, ਜੋ ਪੰਜਾਬ ਦੀ ਕਾਂਗਰਸ ਇੰਚਾਰਜ ਹੈ ਆਸ਼ਾ ਕੁਮਾਰੀ ਨੇ ਵੀ ਨਹੀਂ ਉਠਾਈ ਹੈਗੀ। ਤੇ ਇੱਥੋਂ ਇਹੀ ਲੱਗਦਾ ਹੈ ਕਿ ਕੋਈ ਨਾ ਕੋਈ ਘਪਲੇਬਾਜ਼ੀ ਤਾਂ ਹੈ ਹੀ ਹੈ, ਇਹਦਾ ਪਤਾ ਹੀ ਹੈ, ਤੇ ਉਸ ਦੇ ਵਿਚ ਧਰਮ ਸਰੋਤਾਂ ਨੇ ਬੁਰੀ ਤਰੀਕੇ ਨਾਲ ਫਸੇ ਹੋਏ ਨੇ। ਤੇ ਜਿਸ ਤਰੀਕੇ ਨਾਲ ਹੁਣ ਕੇਂਦਰ ਸਰਕਾਰ ਨੇ ਜਾਂਚ ਦੇ ਹੁਕਮ ਦੇਤੇ ਆ, ਹੁਣ ਤਾਂ ਸੁਖਬੀਰ ਬਾਦਲ ਉਨ੍ਹਾਂ ਨੇ ਕਿਹਾ ਵੀ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ, ਪਰ ਇਹ ਹੈ ਕਿ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਇਸ ਦਾ ਤਾਂ ਅਸੀਂ ਬਹੁਤ ਸਾਰਾ ਸਾਡੇ ਕੋਲ ਉਦਾਹਰਣਾਂ ਹੈਗੀਆਂ ਨੇ ਕਿ ਸੀਬੀਆਈ ਵੱਲੋਂ ਜਦੋਂ ਵੀ ਜਾਂਚ ਹੁੰਦੀ ਹੈ ਤਾਂ ਉਹ ਲੰਮੀ ਪੈ ਜਾਂਦੀ ਹੈ, ਤੇ ਉਸ ਤੋਂ ਵੱਲੋਂ ਲੰਮੀ ਨਹੀਂ ਪੈਂਦੀ ਹੈਗੀ, ਕੋਈ ਸਿੱਟੇ ਦੇ ਉੱਤੇ ਵੀ ਨਹੀਂ ਪਹੁੰਚਦੀ ਹੈਗੀ। ਇਸ ਗੱਲ ਕਰਕੇ ਠੀਕ ਹੈ ਕਿ ਜਾਂਚ ਹੋਣੀ ਚਾਹੀਦੀ ਹੈ, ਜਾਂ ਤਾਂ ਸਮੇਂ ਦਾ ਮਤਲਬ ਜੇ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਣਾ ਚਾਹੀਦਾ ਕਿ ਇਸ ਦੌਰਾਨ ਹੋ ਜਾਵੇ ਤਾਂ ਹੀ ਠੀਕ ਹੈ। ਜੇਕਰ ਇਸੇ ਤਰੀਕੇ ਨਾਲ ਕੋਈ ਸੀਬੀਆਈ ਜਾਂ ਕੋਈ ਇਹ ਲਟਕ ਗਿਆ ਕੰਮ, ਫਿਰ ਇਹ ਜਿਹੜਾ ਹੈਗਾ ਇਹ ਜਾਂਚ ਸਿਰੇ ਨਹੀਂ ਚੜੂਗੀ, ਤੇ ਇਹ ਨਹੀਂ ਪਤਾ ਲੱਗੂਗਾ ਕਿ ਘਪਲੇਬਾਜ਼ੀ ਕਿੱਥੇ ਹੋਈ ਹੈ ਤੇ ਕਿੰਨੀ ਹੋਈ ਹੈ ਤੇ ਕਿਵੇਂ ਹੋਈ ਹੈ। ਜੀ, ਇਹ ਤਾਂ ਹੈ ਕਿ ਘਪਲਾ ਕਿੱਥੇ, ਕਦੋਂ, ਕਿੰਨਾ ਤੇ ਕਿਵੇਂ ਹੋਇਆ। ਜਾਗੋ ਪਾਰਟੀ ਵਾਲੇ ਆ ਜਿਹੜੇ ਜੀ, ਉਨ੍ਹਾਂ ਨੇ ਸੁਖਬੀਰ ਬਾਦਲ ਦੇ ਖਿਲਾਫ਼ ਪ੍ਰਦਰਸ਼ਨ ਕਰਤਾ ਸਰੂਪ ਗਾਇਬ ਹੋਣ ਦੇ ਮਾਮਲੇ ਚ। ਦੇਖੋ, ਗੱਲ ਇਹ ਹੈ ਕਿ ਜਿਸ ਤਰੀਕੇ ਨਾਲ ਆਪਾਂ ਗੱਲ ਕੀਤੀ ਹੈ ਕਿ ਸੁਖਬੀਰ ਬਾਦਲ ਦੇ ਸਰਕਾਰ ਦੇ ਖਿਲਾਫ਼ ਚੱਲ ਰਹੀ ਹੈ, ਤੇ ਸੁਖਬੀਰ ਬਾਦਲ ਦੇ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਉਂਦੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਦੇ ਵਿਚ ਜਿਹੜਾ 2013 ਤੋਂ ਲੈ ਕੇ 2015 ਦੇ ਵਿਚ ਗਲਤ ਐਂਟਰੀਆਂ ਹੋਈਆਂ, ਤੇ ਪਹਿਲਾਂ 267 ਸਰੂਪ ਕਹਿੰਦੇ ਸੀਗੇ, ਹੁਣ ਬਾਅਦ ਵਿਚ ਜੋ ਜਾਂਚ ਸਾਹਮਣੇ ਆਈ ਆ ਉਹਦੇ ਵਿਚ 328 ਸਰੂਪ ਗਾਇਬ ਹੋਣ ਦੀ ਜਿਹੜੀ ਹੈਗੀ ਹੈ ਤੱਥ ਸਾਹਮਣੇ ਆਏ ਨੇ। ਤੇ ਹੁਣ ਹਰ ਕੋਈ ਇਹ ਗੱਲ ਪੁੱਛ ਰਿਹਾ ਹੈ ਕਿ ਇਹ ਸਰੂਪ ਗਏ ਤਾਂ ਗਏ ਕਿੱਥੇ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਇਸ ਦਾ ਕੋਈ ਜਵਾਬ ਨਹੀਂ ਹੈਗਾ, ਅਕਾਲੀ ਦਲ ਕੋਲ ਵੀ ਕੋਈ ਜਵਾਬ ਨਹੀਂ ਹੈਗਾ। ਇਸੇ ਗੱਲ ਕਰਕੇ ਮਨਜੀਤ ਸਿੰਘ ਜਿਹੜਾ ਹੈਗਾ ਜੀ ਕੇ ਉਨ੍ਹਾਂ ਨੇ ਇਸ ਸਮੇਂ ਪ੍ਰਦਰਸ਼ਨ ਕੀਤਾ, ਤੇ ਇਹਦੇ ਨਾਲ ਨਾਲ ਹੁਣ ਰਣਜੀਤ ਸਿੰਘ ਢੱਟਰੀ ਵਾਲੇ ਵੀ ਬੋਲ ਰਹੇ ਨੇ। ਉਹ ਕਹਿੰਦੇ ਆ, ਉਹਨਾਂ ਦੇ ਸਵਾਲ ਵੀ ਬੜੇ ਪੁਖਤਾ ਨੇ। ਉਹ ਕਹਿੰਦੇ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਹਿੰਦੀ ਹੈ ਕਿ ਅਸੀਂ ਗੁਰਦੁਆਰਿਆਂ ਦਾ ਪ੍ਰਬੰਧ ਕਰਦੇ ਹਾਂ, ਅਸੀਂ ਦਾਲ ਆਉਂਦੀ ਆ ਉਹਦਾ ਵੀ ਹਿਸਾਬ ਕਿਤਾਬ ਰੱਖਦੇ ਹਾਂ, ਸਬਜ਼ੀ ਆਉਂਦੀ ਹੈ ਉਹਦਾ ਵੀ ਹਿਸਾਬ ਕਿਤਾਬ ਰੱਖਦੇ ਹਾਂ, ਕਣਕ ਆਉਂਦੀ ਹੈ ਉਸ ਦਾ ਵੀ ਹਿਸਾਬ ਕਿਤਾਬ ਰੱਖਦੇ ਹਾਂ। ਇਹ ਗੁਰਦੁਆਰੇ ਕਿਉਂ ਬਣੇ ਨੇ? ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਹੀ ਬਣੇ ਨੇ। ਜੇਕਰ ਸ਼੍ਰੋਮਣੀ ਕਮੇਟੀ ਵੱਲੋਂ ਛੋਟੀ ਛੋਟੀਆਂ ਚੀਜ਼ਾਂ ਦਾ ਹਿਸਾਬ ਕਿਤਾਬ ਰੱਖਿਆ ਜਾਂਦਾ ਹੈ ਤਾਂ ਉਹ ਦੱਸੇ ਕਿ ਇਹ ਗਰੁੱਪ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹਨਾਂ ਦਾ ਹਿਸਾਬ ਕਿਤਾਬ ਕਿਉਂ ਨਹੀਂ ਰੱਖਿਆ ਗਿਆ ਹੈਗਾ, ਤੇ ਸਿੱਖ ਕੌਮ ਦੇ ਲਈ ਹੀ ਬਹੁਤ ਵੱਡੀ ਚੁਣੌਤੀ ਹੈ। ਕਿਉਂਕਿ ਇਸ ਚੁਣੌਤੀ ਜਦੋਂ ਅਸੀਂ ਇੱਕ ਬਰਗਾੜੀ ਕਾਂਡ ਹੈ ਉਹ ਸਿਰਫ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੱਕੀ ਗਈ ਸੀ, ਚੋਰੀ ਕੀਤੀ ਸੀਗੀ, ਤੇ ਉਸ ਸੰਬੰਧ ਵਿਚ ਕਿੰਨਾ ਜਿਹੜਾ ਹੈਗਾ ਸਾਡੇ ਇੱਥੇ ਹੁਣ ਤੱਕ ਜਿਹੜਾ ਹੈਗਾ ਇਸ ਦੀ ਜਾਂਚ ਚੱਲ ਰਹੀ ਹੈ, ਤੇ ਦੋ ਜਿਹੜੇ ਨੌਜਵਾਨ ਉਸ ਸਮੇਂ ਮਾਰੇ ਵੀ ਗਏ ਸੀਗੇ, ਤੇ ਇਸ ਗੱਲ ਕਰਕੇ ਅਕਾਲੀ ਦਲ ਬਹੁਤ ਸਾਰਾ ਸਤਰਾਮ ਹੋਇਆ। ਉਸ ਸਮੇਂ ਦੀ ਸਰਕਾਰ ਨੇ ਇਸ ਸਬੰਧ ਵਿਚ ਕੋਈ ਜਿਹੜੀ ਸਹੀ ਪੈਰਵਾਈ ਨਹੀਂ ਕੀਤੀ। ਇਹੀ ਗੱਲ ਹੈ ਕਿ ਹੁਣ ਤੱਕ ਅਕਾਲੀ ਦਲ ਬਦਨਾਮ ਹੋਇਆ, ਤੇ ਇਹ ਤਾਂ 328 ਸਰੂਪ ਨੇ ਜਿਹੜੇ ਕਿ
ਇਹ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ ਰੇਖ ਹੇਠ ਗਾਇਬ ਹੋਏ ਨੇ, ਲਾਪਤਾ ਹੋਏ ਨੇ। ਇਸ ਗੱਲ ਕਰਕੇ ਸ਼੍ਰੋਮਣੀ ਕਮੇਟੀ ਨੇ ਭਾਵੇਂ ਹੁਣ ਇੱਕ ਕਮੇਟੀ ਵੀ ਬਣਾਈ ਹੈ ਤੇ ਦੋਸ਼ੀਆਂ ਨੂੰ ਜਿਹੜੇ ਕਿ ਸਜ਼ਾ ਵੀ ਦਿੱਤੀ ਜਾ ਰਹੀ ਹੈ, ਪਰ ਪਤਾ ਤਾਂ ਇਹ ਲੱਗਣਾ ਚਾਹੀਦਾ ਲੋਕਾਂ ਦੇ ਸਾਹਮਣੇ, ਸਚਾਈ ਤਾਂ ਆਉਣੀ ਚਾਹੀਦੀ ਹੈ ਵੀ ਇਹ ਸਰੂਪ ਗਏ ਤਾਂ ਗਏ ਕਿੱਥੇ ਨੇ, ਜਿਹੜੇ ਕਿ ਅਗਲੀ ਭੇਟ ਹੋਏ ਨੇ ਉਹਨਾਂ ਬਾਰੇ ਵੀ ਦੱਸੋ, ਫਿਰ ਅਗਲੀ ਭੇਟ ਹੋਣ ਤੋਂ ਬਾਅਦ ਜਿਹੜੇ ਬਾਕੀ ਦੇ ਸਰੂਪ ਨੇ ਉਹ ਕਿੱਥੇ ਨੇ, ਕਿਸ ਤਰੀਕੇ ਨਾਲ ਇਹ ਸਕੈਂਡਲ ਹੋਇਆ, ਕਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਨੇ ਇਸ ਤਰੀਕੇ ਦੇ ਨਾਲ ਮਾੜੇ ਕੰਮ ਕਰ ਰਹੇ ਨੇ, ਤੇ ਉਹ ਵੀ ਇਸ ਸੰਬੰਧ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਦੇ ਵਿਚ। ਇਸ ਗੱਲ ਕਰਕੇ ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਭਾਵੇਂ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਇੱਕ ਚੰਗਾ ਕੰਮ ਕੀਤਾ ਕਿ ਦੋਸ਼ੀ ਜਿੰਨੇ ਵੀ ਲੋਕ ਸੀਗੇ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕਰਨ ਦਾ ਮਤਲਬ ਹੁਕਮ ਵੀ ਦਿੱਤਾ ਤੇ ਇਸ ਸੰਬੰਧ ਵਿਚ ਇਕ ਕਮੇਟੀ ਵੀ ਬਣਾ ਦਿੱਤੀ ਹੈ। ਪਰ ਫਿਰ ਵੀ ਇਹ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਸਹੀ ਪ੍ਰਬੰਧ ਚਾਹੁੰਦੀ ਹੈ ਤਾਂ ਉਸ ਨੂੰ ਇਹ ਕੋਈ ਨਾ ਕੋਈ ਦੱਸਣਾ ਪਊਗਾ, ਲੋਕਾਂ ਦੇ ਪ੍ਰਤੀ ਉਹ ਜਵਾਬਦੇਹ ਹੈ, ਉਸ ਨੂੰ ਇਹ ਗੱਲ ਸਭ ਦੇ ਸਾਹਮਣੇ ਲਿਆਉਣੀ ਪਊਗੀ ਕਿ ਆਖਿਰ ਇਹ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਰੂਪ ਨੇ ਕਿੱਥੇ ਗਏ ਨੇ, ਕੀ ਇਨ੍ਹਾਂ ਦੇ ਨਾਲ ਹੋਇਆ ਜੀ। ਇਹੀ ਤਾਂ ਗੱਲ ਹੈ ਕਿ ਕਿੱਥੇ ਗਏ, ਕੀ ਇਨ੍ਹਾਂ ਨਾਲ ਹੋਇਆ, ਵਰਤਾਰੇ ਸਾਹਮਣੇ ਆਉਣ ਤੇ ਪਬਜੀ ਸਣੇ 118 ਐਪਸ ਹੈ ਜਿਹੜੀਆਂ ਚੀਨ ਦੀਆਂ, ਉਨ੍ਹਾਂ ਤੇ ਪਾਬੰਦੀ ਲਾਤੀ ਹੈ ਜੀ ਭਾਰਤ ਨੇ। ਦੇਖੋ ਗੱਲ ਇਹ ਹੈ ਕਿ ਜਦੋਂ 15 ਜੂਨ ਨੂੰ ਭਾਰਤ ਤੇ ਚੀਨ ਦੀਆਂ ਫੌਜਾਂ ਵਿਚਾਲੇ ਟਕਰਾਅ ਹੋਇਆ ਸੀਗਾ, ਉਸ ਸਮੇਂ 20 ਜਵਾਨ ਭਾਰਤ ਦੇ ਸ਼ਹੀਦ ਹੋ ਗਏ ਸੀਗੇ, ਤਾਂ ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਇਸ ਸਮੇਂ ਮਤਲਬ ਗੁੱਸਾ ਸੀਗਾ ਕਿ ਚੀਨ ਦੇ ਖਿਲਾਫ਼ ਕੋਈ ਨਾ ਕੋਈ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤੇ ਉਸ ਸਮੇਂ ਸਰਕਾਰ ਨੇ ਕੁਝ ਆਰਥਿਕ ਪਾਬੰਦੀਆਂ ਲਾਉਣੀ ਚਾਹੀਦੀ ਹੈ ਤੇ ਉਹਦੇ ਵਿਚ ਕਾਫ਼ੀ ਸਾਰੀਆਂ ਐਪਸ ਉਸ ਸਮੇਂ ਬੰਦ ਕੀਤੀਆਂ ਸੀ, ਜਿਨ੍ਹਾਂ ਦੇ ਵਿਚ ਇਕ ਟਿਕਟੋਕ ਬੜੀ ਮਸ਼ਹੂਰ ਸੀਗੀ ਕਿਉਂਕਿ ਜਣੇ ਖਣੇ ਵੱਲੋਂ ਹੁਣ ਟਿਕਟੋਕ ਚਲਾਈ ਜਾ ਰਹੀ ਸੀ ਤੇ ਉਸ ਐਪ ਦੇ ਕਾਰਨ ਬਹੁਤ ਸਾਰੇ ਲੋਕ ਹੀਰੋ ਵੀ ਬਣ ਗਏ ਸੀਗੇ ਤੇ ਹੁਣ ਇਹ ਪਿਛਲੇ ਸਮੇਂ ਤੋਂ ਫਿਰ ਇਹ ਦੇਖਿਆ ਜਾ ਰਿਹਾ ਕਿ ਭਾਰਤ ਤੇ ਚੀਨ ਦੇ ਵਿਚਾਲੇ ਟਕਰਾਓ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ ਤੇ 29 ਤੇ 30 ਅਗਸਤ ਨੂੰ ਫਿਰ ਦੁਬਾਰਾ ਜਿਹੜੀ ਹੈਗਾ ਦੋਨਾਂ ਮੁਲਕਾਂ ਵਿਚਾਲੇ ਟਕਰਾਓ ਦੀ ਸਥਿਤੀ ਬਣੀ ਸੀਗੀ ਤੇ ਚੀਨ ਦੀ ਫੌਜ ਫਿਰ ਦੁਬਾਰਾ ਭਾਰਤੀ ਖੇਤਰ ਵਿਚ ਦਾਖਲ ਹੋਈ ਸੀਗੀ ਤੇ ਭਾਰਤੀ ਫੌਜਾਂ ਨੇ ਉਨ੍ਹਾਂ ਦਾ ਤਕੜਾ ਜਵਾਬ ਦਿੱਤਾ ਸੀ ਤੇ ਉਨ੍ਹਾਂ ਨੂੰ ਖਦੇੜ ਦਿੱਤਾ ਸੀਗਾ ਤੇ ਹੁਣ ਜਦੋਂ ਚੀਨ ਜਿਵੇਂ ਮੈਂ ਕੱਲ ਗੱਲ ਕਰ ਰਿਹਾ ਸੀਗਾ ਕਿ ਉਹ ਗੱਲਬਾਤ ਨੂੰ ਕੋਈ ਜ਼ਿਆਦਾ ਅਹਿਮੀਅਤ ਨਹੀਂ ਦਿੰਦਾ ਹੈਗਾ, ਉਸ ਦਾ ਇਕੋ ਇਕ ਜਿਹੜਾ ਮਤਲਬ ਨੀਤੀ ਹੈ ਉਹ ਪਹਿਲਾਂ ਦਾਖਲ ਹੋ ਜਾਓ, ਦਾਖਲ ਹੋ ਕੇ ਉਸਦੇ ਕਬਜ਼ਾ ਕਰ ਲਓ ਤੇ ਫਿਰ ਉਸ ਮਾਮਲੇ ਨੂੰ ਉਸ ਖੇਤਰ ਨੂੰ ਵਿਵਾਦਤ ਬਣਾ ਲਓ ਤਾਂ ਜੋ ਉਸ ਦੇ ਉੱਤੇ ਗੱਲਾਂਬਾਤ ਚੱਲਦੀ ਰਹੇ ਤੇ ਉਸ ਦਾ ਕਬਜ਼ਾ ਕਾਇਮ ਰਹੇ ਤੇ ਹੁਣ ਸਰਕਾਰ ਨੇ ਉਸ ਦਾ ਜਵਾਬ ਦੇਣ ਲਈ ਇਸ ਜਦੋਂ ਇਹ ਐਪਸ ਬੰਦ ਹੁੰਦੀਆਂ ਨੇ ਤਾਂ ਚੀਨੀ ਕੰਪਨੀਆਂ ਨੂੰ ਉਨ੍ਹਾਂ ਦਾ ਨੁਕਸਾਨ ਵੀ ਹੁੰਦਾ ਹੈ, ਨੁਕਸਾਨ ਕਰਨ ਦੇ ਲਈ ਹੀ ਜਿਹੜੀਆਂ 118 ਜਿਹੜੀਆਂ ਐਪਸ ਬੰਦ ਕੀਤੀਆਂ ਜਾ ਰਹੀਆਂ, ਉਨ੍ਹਾਂ ਵਿਚ ਇਕ ਪਬਜੀ ਵੀ ਹੈ, ਪਬਜੀ ਬਹੁਤ ਸਾਰੀ ਮਸ਼ਹੂਰ ਹੈ, ਬੱਚੇ ਬਹੁਤ ਇਸ ਤੇ ਖੇਡਦੇ ਆ ਤੇ ਇਸ ਦੇ ਨਾਲ ਹੀ ਕੰਪਨੀ ਨੂੰ ਕਾਫ਼ੀ ਨੁਕਸਾਨ ਹੋਊਗਾ। ਬਾਕੀ ਇਹ ਦੇਖਦੇ ਹਾਂ ਕਿ ਇਹ ਜੋ ਕਦਮ ਚੁੱਕੇ ਜਾ ਰਹੇ ਨੇ ਉਹਦਾ ਤੇ ਨਾਲ ਚੀਨ ਦੇ ਉੱਤੇ ਕੀ ਅਸਰ ਹੁੰਦਾ ਹੈ ਤੇ ਚੀਨ ਜਿਹੜਾ ਹੈਗਾ ਜਿਸ ਤਰੀਕੇ ਨਾਲ ਹਮਲਾਵਰ ਹੋਇਆ ਹੈ ਤੇ ਉਹ ਹਟਦਾ ਕਿ ਨਹੀਂ ਹਟਦਾ ਹੈਗਾ ਇਹ ਬਾਕੀ ਉਸ ਦੀਆਂ ਨੀਤੀਆਂ ਦੇ ਉੱਤੇ ਨਿਰਭਰ ਕਰਦਾ, ਉਨ੍ਹਾਂ ਦੇ ਹਾਕਮਾਂ ਦੇ ਉੱਤੇ ਨਿਰਭਰ ਕਰਦਾ ਤੇ ਉਹ ਕੰਪਨੀਆਂ ਸਰਕਾਰ ਦੇ ਉੱਤੇ ਕਿੰਨਾ ਕੁ ਦਬਾਅ ਪਾ ਸਕਦੀਆਂ ਨੇ ਕਿ ਸਾਨੂੰ ਨੁਕਸਾਨ ਹੋ ਰਿਹਾ ਤੁਸੀਂ ਭਾਰਤ ਦੇ ਨਾਲ ਗੱਲਬਾਤ ਕਰੋ ਤੇ ਕਿਵੇਂ ਨਾ ਕਿਵੇਂ ਜੋ ਤਣਾਅ ਬਣਿਆ ਹੈ ਉਹ ਜਿਹੜਾ ਹੈਗਾ ਉਸ ਨੂੰ ਘੱਟ ਕਰੋ ਜੀ, ਤਣਾਅ ਘੱਟ ਹੋਵੇ ਤੇ ਗਾਹਾਂ ਅਗਲੀ ਗੱਲ ਹੋਵੇ। ਸ਼ਰਾਬ ਦੇ ਠੇਕੇਦਾਰ ਬਾਹਲੇ ਔਖੇ ਆ ਜੀ ਕੈਪਟਨ ਸਰਕਾਰ ਤੋਂ। ਦੇਖੋ ਗੱਲ ਇਹ ਹੈ ਕਿ ਉਂਜ ਤਾਂ ਠੇਕੇਦਾਰ ਔਖੇ ਤਾਂ ਇਸ ਗੱਲ ਕਰਕੇ ਨੇ ਕਿ ਸਰਕਾਰ ਨੇ ਲਾਕਡਾਊਨ ਦੇ ਦੌਰਾਨ ਵੀ ਇਨ੍ਹਾਂ ਨੂੰ ਪੂਰੀ ਖੁੱਲ ਦਿੱਤੀ ਹੋਈ ਸੀਗੀ, ਪਰ ਹੁਣ ਇਹ ਦੇਖਣ ਵਿਚ ਆ ਰਿਹਾ ਕਿ 6:30 ਵਜੇ ਠੇਕੇ ਬੰਦ ਕਰਵਾ ਦਿੱਤੇ ਜਾਂਦੇ ਨੇ ਤੇ ਦੇਖਿਆ ਇਹ ਜਾਂਦਾ ਜੀ ਕਰਦਾ ਲੋਕਾਂ ਦਾ ਹਨਾ ਖਰੀਦਣ ਨੂੰ। ਹਾਂਜੀ ਉਹੀ ਸਮਾਂ ਹੁੰਦਾ ਕਿ ਜਦੋਂ ਜਿਹੜੇ ਲੋਕ ਥੱਕ ਹਾਰ ਕੇ ਠੇਕਿਆਂ ਤੇ ਜਾਂਦੇ ਨੇ, ਦਾਰੂ ਖਰੀਦਦੇ ਨੇ ਤੇ ਆਪਣਾ ਰਾਤ ਦਾ ਮੂਡ ਬਣਾਉਂਦੇ ਨੇ
ਤੇ ਉਹੀ ਸਮੇਂ ਜਿਹੜੇ ਹੇਠ ਠੇਕੇ ਬੰਦ ਹੋਣ ਲੱਗ ਪਏ ਨੇ ਤੇ ਇਹ ਵੀ ਦੇਖੋ ਵਿਚ ਆਇਆ ਕਿ ਠੇਕਿਆਂ ਦੇ ਆਲੇ ਦੁਆਲੇ ਪੁਲਿਸ ਵਾਲਿਆਂ ਨੂੰ ਵੀ ਲਾਇਆ ਜਾਂਦਾ ਇਹ ਗੱਲ ਵੱਖਰੀ ਹੈ ਕਿ ਧੱਕੇ ਨਾ ਖਰੀਦਣ ਵਾਸਤੇ ਲਾਇਆ ਜਾਂਦਾ ਭਾਈ ਲੈ ਕੇ ਜਾਣੀ ਪਊ ਤੁਹਾਨੂੰ ਇਹ ਤਾਂ ਤੁਸੀਂ ਜਾ ਕੇ ਪਤਾ ਕਰਿਓ ਕੀ ਕਹਿੰਦੇ ਆ ਪਰ ਇਹ ਹੈ ਕਿ ਉਹ ਦਿਖਾਵੇ ਦੇ ਪੁਲਿਸ ਵਾਲੇ ਹੁੰਦੇ ਆ ਤੇ ਉਹਨਾਂ ਸ਼ਟਰਾਂ ਦੇ ਅੱਗੇ ਹੁਣ ਮੈਂ ਇੱਕ ਦੇਖ ਕੇ ਆਇਆ ਸ਼ਟਰਾਂ ਦੇ ਅੱਗੇ ਪਰਦਾ ਲਾਇਆ ਹੋਇਆ ਤੇ ਜਿਹੜੇ ਸ਼ਟਰ ਹੈ ਸ਼ਟਰ ਦੇ ਵਿੱਚ ਇੱਕ ਛੋਟੀ ਜਿਹੀ ਚੋਰ ਬੋਰੀ ਰੱਖੀ ਹੋਈ ਹੈ ਤੇ ਪੁਲਿਸ ਵਾਲੇ ਅੱਗੇ ਖੜੇ ਨੇ ਜਿਹੜੇ ਲੋਕ ਨੇ ਉਹ ਅੰਦਰ ਜਾਂਦੇ ਉਹ ਸ਼ਟਰ ਦੇ ਜਿਹੜਾ ਹੈਗਾ ਮਲਕ ਦੇ ਕੇ ਵਿੱਚੋਂ ਪੈਸੇ ਦਿੰਦੇ ਨੇ ਤੇ ਆਪਣੀ ਦਾਰੂ ਦੀ ਬੋਤਲ ਪਊਆ ਅਧੀਆ ਜੋ ਵੀ ਖਰੀਦਣਾ ਉਹ ਖਰੀਦ ਲੈਂਦੇ ਨੇ ਤੇ ਪੁਲਿਸ ਵਾਲੇ ਇਹ ਦਿਖਾਉਣ ਦੀ ਕੋਸ਼ਿਸ਼ ਪ੍ਰਭਾਵ ਦਿੰਦੇ ਆ ਕਿ ਅਸੀਂ ਪੂਰੀ ਆਪਣੀ ਜਿਹੜੀ ਹੈਗੀ ਆ ਇਸ ਸਮੇਂ ਡਿਊਟੀ ਸਖ਼ਤੀ ਨਾਲ ਨਿਭਾ ਰਹੇ ਹਾਂ ਉਹਦਾ ਕਾਰਨ ਇਹ ਹੁੰਦਾ ਕਿ ਤੁਸੀਂ ਖੜੇ ਰਹੋ ਕੋਈ ਗੱਲ ਨੀ ਜਦੋਂ ਜਾਓਗੇ ਤਾਂ ਤੁਹਾਡੇ ਜਿਹੜਾ ਹਾਂਜੀ ਹਾਂ ਤੁਹਾਨੂੰ ਖੜਨ ਜੋਗਾ ਕਰ ਦਾਂਗੇ ਘਰ ਸੌਣ ਜੋਗਾ ਕਰ ਦਾਂਗੇ ਤੇ ਇਸ ਤਰੀਕੇ ਨਾਲ ਚੱਲ ਰਹੀ ਹੈ ਇਸ ਗੱਲ ਕਰਕੇ ਚਲੋ ਖੈਰ ਹੈ ਇਹ ਤਾਂ ਚੱਲਦਾ ਹੀ ਰਹਿੰਦਾ ਪਰ ਫਿਰ ਵੀ ਉਹ ਠੇਕੇਦਾਰ ਇਹ ਚਾਹੁੰਦੇ ਆ ਕਿ ਇਸ ਤਰੀਕੇ ਨਾਲ ਜਿਹੜਾ ਹੈਗਾ ਚੋਰ ਮਤਲਬ ਚੋਰ ਮੇਰੀਆਂ ਦੇ ਨਾਲ ਦਾਰੂ ਵੇਚਣ ਨਾਲੋਂ ਸਾਨੂੰ ਉਸੇ ਤਰੀਕੇ ਦੇ ਨਾਲ ਖੁੱਲ ਦਿੱਤੀ ਜਾਵੇ ਜਿਸ ਤਰੀਕੇ ਨਾਲ ਪਹਿਲਾਂ ਦਿੱਤੀ ਜਾ ਰਹੀ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਕਰਕੇ ਵੀ ਸਖ਼ਤੀ ਕੀਤੀ ਹੈ ਕਿਉਂਕਿ ਜਿੰਨੇ ਵੀ ਆਪਣੇ ਚਾਹੇ ਕਰਿਆਨੇ ਵਾਲੇ ਨੇ ਜਿੰਨੇ ਵੀ ਦੁਕਾਨਦਾਰ ਨੇ ਜਿੰਨੇ ਵੀ ਕਾਰੋਬਾਰੀ ਨੇ ਉਹਨਾਂ ਦਾ ਉਲਾਂਭਾ ਇਹੀ ਸੀਗਾ ਕਿ ਜਦੋਂ ਤਾਂ ਅਸੀਂ ਖੋਲਦੇ ਹਾਂ ਤਾਂ ਪੁਲਿਸ ਆ ਜਾਂਦੀ ਹੈ ਸਾਡੀਆਂ ਦੁਕਾਨਾਂ ਬੰਦ ਕਰਾ ਦਿੰਦੀ ਹੈ ਤੇ ਤੁਸੀਂ ਜਿਹੜੇ ਠੇਕੇ ਨੇ ਉਹ ਤੁਸੀਂ 8:30 9 ਵਜੇ 10 ਵਜੇ ਤੱਕ ਖੋਲ ਰੱਖੇ ਨੇ ਇਸ ਗੱਲ ਕਰਕੇ ਜਿਹੜਾ ਹੈਗਾ ਸਰਕਾਰ ਦੀ ਆਲੋਚਨਾ ਹੋ ਰਹੀ ਹੈ ਇਸ ਆਲੋਚਨਾ ਨੂੰ ਰੋਕਣ ਦੇ ਲਈ ਹੀ ਸਰਕਾਰ ਨੇ ਹੁਣ ਸਖ਼ਤੀ ਕੀਤੀ ਹੈ ਕਿ 6:30 ਠੇਕੇ ਬੰਦ ਕਰਾ ਦਿੱਤੇ ਜਾਂਦੇ ਨੇ ਜਿਹੜੇ ਅਸਰ ਰਸੂਖ ਵਾਲੇ ਬੰਦੇ ਨੇ ਜਿਨ੍ਹਾਂ ਨੇ ਪੁਲਿਸ ਵਾਲਿਆਂ ਦੇ ਨਾਲ ਚੰਗਾ ਲੈਣ ਦੇਣ ਕੀਤਾ ਹੋਇਆ ਜਾਂ ਕੋਈ ਵੀ ਉਨ੍ਹਾਂ ਨੂੰ ਰੱਖਿਆ ਹੋਇਆ ਤੇ ਉਹ ਖੋਹ ਰੱਖਦੇ ਨੇ ਤੇ ਦੂਜੇ ਬੰਦੇ ਜਿਹੜੇ ਹੈਗੇ ਇਸ ਠੇਕੇ ਨੂੰ ਜਿਹੜਾ ਹੈਗਾ ਮਤਲਬ ਚਾਹੁੰਦੇ ਆ ਕਿ ਇਹ ਆਰਾਮ ਨਾਲ ਖੁੱਲਣੇ ਚਾਹੀਦੇ ਆ ਤੇ 8:30 ਤੱਕ ਖੁੱਲੇ ਰਹਿਣ ਤਾਂ ਜੋ ਉਨ੍ਹਾਂ ਦੀ ਵਿਕਰੀ ਹੋ ਜਾਵੇ ਕਿਉਂਕਿ ਇਹਦੇ ਨਾਲ ਜਿਹੜਾ ਹੈਗਾ ਕਰੋੜਾਂ ਦਾ ਨੁਕਸਾਨ ਠੇਕੇਦਾਰਾਂ ਨੂੰ ਵੀ ਹੋ ਰਿਹਾ ਤੇ ਖੁਦ ਸਰਕਾਰ ਨੂੰ ਵੀ ਹੋ ਰਿਹਾ ਇਹ ਤਾਂ ਗੱਲ ਹੈ ਜੀ ਕਿ ਨੁਕਸਾਨ ਹਰੇਕ ਪਾਸੇ ਹੋ ਰਿਹਾ ਤੇ ਭਾਰਤ ਦੇ ਖਿਲਾਫ਼ ਪਾਕਿਸਤਾਨੀ ਹਰਕਤ ਦੇ ਉੱਤੇ ਫੇਸਬੁੱਕ ਦੀ ਕਾਰਵਾਈ ਕੀ ਹੈ ਜੀ ਤੇ ਕੱਲ ਜੋ ਆਪਣੇ ਕੇਂਦਰੀ ਮੰਤਰੀ ਨੇ ਸ਼ਿਵ ਸ਼ੰਕਰ ਉਹਨਾਂ ਨੇ ਫੇਸਬੁੱਕ ਨੂੰ ਚਿੱਠੀ ਕੀਤੀ ਸੀ ਜੀ ਕਿ ਪਾਕਿਸਤਾਨ ਦੇ ਵਿੱਚ ਬਹੁਤ ਸਾਰੀਆਂ ਫੇਸਬੁੱਕ ਦੇ ਉੱਤੇ ਪੇਜ ਚੱਲ ਰਹੇ ਨੇ ਜੀ ਜੋ ਕਿ ਭਾਰਤ ਦੇ ਖਿਲਾਫ਼ ਜਿਹੜਾ ਹੈਗਾ ਜ਼ਹਿਰ ਉਗਰ ਰਹੇ ਨੇ ਤੇ ਭਾਰਤ ਦੇ ਖਿਲਾਫ਼ ਨਫ਼ਰਤ ਪੈਦਾ ਕਰ ਰਹੇ ਨੇ ਤੇ ਇਸ ਦੇ ਉੱਤੇ ਹਰਕਤ ਵਿਚ ਆਉਂਦੇ ਹੋਏ ਜੋ ਫੇਸਬੁੱਕ ਹੈ ਉਹਨਾਂ ਨੇ ਉਹ ਜਿਹੜੇ ਹੈਗੇ 103 ਪੇਜ 78 ਗਰੁੱਪ ਤੇ 453 ਜਿਹੜੇ ਹੈਗੇ ਅਕਾਊਂਟ ਸਸਪੈਂਡ ਕਰਤੇ ਆ ਤੇ ਫੇਸਬੁੱਕ ਨੇ ਇਸੇ ਤਰੀਕੇ ਨਾਲ 107 ਇੰਸਟਾਗ੍ਰਾਮ ਦੇ ਅਕਾਊਂਟ ਵੀ ਬੰਦ ਕੀਤੇ ਆ ਤੇ ਇਹ ਠੀਕ ਹੈ ਕਿ ਫੇਸਬੁੱਕ ਨੇ ਇਹ ਇੱਕ ਚੰਗੀ ਹਰਕਤ ਕੀਤੀ ਹੈ ਜਿਹੜੇ ਲੋਕ ਭਾਰਤ ਦੇ ਖਿਲਾਫ਼ ਦੁਸ਼ਪ੍ਰਚਾਰ ਕਰਦੇ ਨੇ ਖਾਸ ਤੌਰ ਤੇ ਪਾਕਿਸਤਾਨ ਦੇ ਜਿਹੜੇ ਲੋਕ ਹੈ ਜਿਵੇਂ ਮੈਂ ਕੱਲ ਵੀ ਦੱਸਿਆ ਸੀਗਾ ਕਿ ਫੇਸਬੁੱਕ ਦੇ ਉੱਤੇ ਕੁਛ ਇਹੋ ਜਿਹੇ ਜਾਅਲੀ ਅਕਾਊਂਟ ਬਣਾਏ ਜਾਂਦੇ ਨੇ ਜਿਹੜੇ ਕੁੜੀਆਂ ਦੇ ਨਾਂ ਤੇ ਬਣਾਏ ਜਾਂਦੇ ਨੇ ਖਾਸ ਤੌਰ ਤੇ ਪਾਕਿਸਤਾਨ ਦੀ ਖੁਫੀਆ ਏਜੰਸੀ ਵੱਲੋਂ ਬਣਾਏ ਜਾਂਦੇ ਨੇ ਤੇ ਉਸ ਜਿਹੜੇ ਅਕਾਊਂਟ ਦੇ ਵਿੱਚ ਸਾਡੇ ਬਹੁਤ ਸਾਰੇ ਮਿਲਟਰੀ ਅਫਸਰ ਬਹੁਤ ਸਾਰੇ ਜਵਾਨ ਹਨੀ ਟਰੈਪ ਹੋ ਜਾਂਦੇ ਨੇ ਹਨੀ ਟਰੈਪ ਇਹ ਹੁੰਦਾ ਕੁੜੀਆਂ ਦੀ ਗੱਲਾਂ ਬਾਤਾਂ ਦੇ ਵਿੱਚ ਆ ਜਾਂਦੇ ਨੇ ਤੇ ਕਈ ਵਾਰ ਝਾਂਸੇ ਚ ਆ ਜਾਂਦੇ ਨੇ ਤੇ ਉਹਦੇ ਵਿੱਚ ਕੀ ਹੁੰਦਾ ਕਿ ਉਹ ਕਈ ਜਿਹੜੀਆਂ ਖੁਫੀਆਂ ਜਾਣਕਾਰੀਆਂ ਨੇ ਉਹ ਜਿਹੜੇ ਬਗਾਨੇ ਮੁਲਕ ਨੂੰ ਦੇ ਬੈਠਦੇ ਨੇ ਇਹ ਤੇ ਇਸੇ ਗੱਲ ਕਰਕੇ ਮੈਂ ਕੱਲ ਵੀ ਗੱਲ ਕਰ ਰਿਹਾ ਸੀਗਾ ਕਿ ਸਰਕਾਰ ਨੇ ਜਿਹੜੇ ਮਿਲਟਰੀ ਵਾਲੇ ਨੇ ਉਹਨਾਂ ਨੂੰ ਹੁਕਮ ਦਿੱਤਾ ਹੋਇਆ ਕਿ ਉਹ ਫੇਸਬੁੱਕ ਜਾਂ ਵਟਸਐਪ ਇਹ ਐਪਸ ਨਾ ਚਲਾਉਣ ਤਾਂ ਜੋ ਜਿਹੜੀਆਂ ਭਾਰਤੀ ਖੁਫੀਆ ਏਜੰਸੀਆਂ ਜਿਹੜੀਆਂ ਖੁਫੀਆ ਜਾਣਕਾਰੀਆਂ ਨਾ ਜਾਣ ਇਹ ਗੱਲ ਤਾਂ ਇੱਕ ਮੁਲਕ ਦੀ ਦੂਜੇ ਮੁਲਕ ਦੀ ਹੈ ਪਰ ਹੁਣ ਇਹ ਦੱਸੋ ਕਿ ਫੇਸਬੁੱਕ ਭਾਰਤੀ ਜਨਤਾ ਪਾਰਟੀ ਦੇ ਖਿਲਾਫ਼ ਕਿਉਂ ਨੀ ਕਾਰਵਾਈ ਕਰਦੀ ਗਈ ਤੇ ਇਸ ਗੱਲ ਦਾ ਜੋ ਮਤਲਬ ਇਤਰਾਜ਼ ਹੁਣ ਪੱਛਮੀ ਬੰਗਾਲ ਦੀ ਸਰਕਾਰ ਨੇ ਵੀ ਕੀਤਾ
ਉਹਨਾਂ ਨੇ ਵੀ ਫੇਸਬੁੱਕ ਨੂੰ ਲਿਖਿਆ ਕਿ ਤੁਸੀਂ ਭਾਜਪਾ ਦੇ ਖਿਲਾਫ ਕਿਉਂ ਨੀ ਕਾਰਵਾਈ ਕਰਦੇ ਤੇ ਭਾਜਪਾ ਵਾਲੇ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਦੁਸ਼ਪ੍ਰਚਾਰ ਫੇਸਬੁੱਕ ਤੇ ਵੀ ਕਰੀ ਜਾਂਦੇ, ਵਟਸਐਪ ਤੇ ਵੀ ਕਰੀ ਜਾਂਦੇ, ਇੰਸਟਾਗ੍ਰਾਮ ਦੇ ਉੱਤੇ ਵੀ ਕਰੀ ਜਾਂਦੇ ਤੇ ਆਪਾਂ ਨੂੰ ਪਤਾ ਹੈ ਕਿ ਭਾਜਪਾ ਨੇ ਸਪੈਸ਼ਲ ਆਈਟੀ ਟੀਮਾਂ ਵੀ ਰੱਖੀਆਂ ਹੋਈਆਂ ਨੇ। ਜੇਕਰ ਤੁਸੀਂ ਇੱਕ ਗੱਲ ਤੁਸੀਂ ਭਾਰਤੀ ਆਪਣਾ ਭਾਰਤੀ ਜਨਤਾ ਪਾਰਟੀ ਦੇ ਲੀਡਰ ਦੇ ਖਿਲਾਫ਼ ਬੋਲ ਦੋ ਜਾਂ ਪ੍ਰਧਾਨ ਮੰਤਰੀ ਦੇ ਖਿਲਾਫ਼ ਕਰ ਤਾਂ ਉਹ ਦੇਖੋ ਕਿੰਨੇ ਉਈ ਕਰਕੇ ਨਾ ਉਹ ਆਈ ਟੀ ਸੈੱਲ ਵਾਲੇ ਪੈ ਜਾਂਦੇ ਨੇ, ਕੋਈ ਵੀ ਗਲਤ ਗੱਲ ਲਿਖ ਦਿੰਦੇ, ਕੋਈ ਵੀ ਤੁਹਾਨੂੰ ਤੁਹਾਡਾ ਜਿਹਨੂੰ ਕਹਿੰਦੇ ਕਰੈਕਟਰ ਅਸੈਸੀਨੇਸ਼ਨ ਉਹ ਕਰਦੇ ਨੇ, ਤੁਹਾਡੇ ਕਰਤਾਰ ਦੀ ਮਤਲਬ ਕਿਸ ਕਈ ਤਰੀਕੇ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤੇ ਇਹੀ ਕਾਰਨ ਹੈ ਕਿ ਕਾਂਗਰਸ ਵੀ ਇਸ ਜਿਹੜੀ ਹੈਗੀ ਹੈ ਫੇਸਬੁੱਕ ਤੋਂ ਦੁਖੀ ਹੈ ਤੇ ਹੁਣ ਹੋਰ ਜਿਹੜੀਆਂ ਹੈਗੀਆਂ ਵਿਰੋਧੀ ਪਾਰਟੀਆਂ ਵੱਲੋਂ ਵੀ ਇਸ ਦੀਆਂ ਸ਼ਿਕਾਇਤਾਂ ਕਰਤੀਆਂ ਜਾ ਰਹੀਆਂ ਨੇ ਤੇ ਇਸ ਸਬੰਧ ਵਿਚ ਜਿਹੜਾ ਹੈ ਫੇਸਬੁੱਕ ਨੂੰ ਚਾਹੀਦਾ ਇਹ ਹੈ ਕਿ ਉਹ ਨਿਰਪੱਖ ਰਹੇ। ਉਸ ਦੇ ਉੱਤੇ ਪੂਰੀ ਦੁਨੀਆਂ ਦੇ ਵਿਚ ਦੋਸ਼ ਲੱਗ ਰਹੇ ਨੇ ਕਿ ਉਹ ਆਪਣੇ ਸਿਆਸੀ ਹਿੱਤਾਂ ਦੀ ਖਾਤਰ ਨਾਲ ਵਿੱਤੀ ਹਿੱਤਾਂ ਦੀ ਖਾਤਰ ਬਹੁਤ ਸਾਰੀ ਸਿਆਸੀ ਪਾਰਟੀਆਂ ਦੇ ਨਾਲ ਜਿਹੜੇ ਹੈਗੇ ਰਾਇਤ ਵਰਤਦੀ ਹੈ ਤੇ ਪੱਖਪਾਤੀ ਰਵੱਈਆ ਉਹਦਾ ਚੱਲਦਾ ਆ ਰਿਹਾ ਤੇ ਇਸ ਤੋਂ ਉਸ ਨੂੰ ਜਿਹੜਾ ਹੈਗਾ ਪਰਹੇਜ਼ ਕਰਨਾ ਚਾਹੀਦਾ ਤੇ ਉਸ ਨੂੰ ਨਿਰਪੱਖ ਵਰਤਣੀ ਚਾਹੀਦੀ ਹੈ। ਜੇਕਰ ਉਹ ਟਰੰਪ ਦੇ ਖਿਲਾਫ਼ ਕਾਰਵਾਈ ਕਰ ਸਕਦੇ ਆ ਜਾਂ ਪਾਕਿਸਤਾਨ ਦੇ ਲੀਡਰਾਂ ਦੇ ਖਿਲਾਫ਼ ਕਾਰਵਾਈ ਕਰ ਸਕਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਲੀਡਰਾਂ ਦੇ ਖਿਲਾਫ਼ ਕਿਉਂ ਨੀ ਕਾਰਵਾਈ ਹੁੰਦੀ ਜਿਹੜੀ ਹੇਟ ਸਪੀਚ ਦਿੰਦੇ ਆ, ਨਫ਼ਰਤੀ ਸਪੀਚਾਂ ਦਿੰਦੇ ਨੇ ਤੇ ਸਮਾਜ ਦੇ ਵਿਚ ਨਫ਼ਰਤ ਪੈਦਾ ਕਰਦੇ ਨੇ, ਕਈ ਖਾਸ ਧਰਮਾਂ ਵਾਲੇ ਦੇ ਲੋਕਾਂ ਦੇ ਖਿਲਾਫ਼ ਨਫ਼ਰਤ ਪੈਦਾ ਕਰਦੇ ਨੇ ਤੇ ਉਨ੍ਹਾਂ ਦੇ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਹੈ। ਬਿਲਕੁਲ, ਇਹ ਤਾਂ ਗੱਲ ਹੈ ਜੀ ਕਿ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਦੇ ਖਿਲਾਫ਼ ਵੀ। ਤੇ ਫੇਸਬੁੱਕ ਦੀ ਗੱਲ ਜੇ ਕਰਨ ਲੱਗਿਓ ਤਾਂ ਡਾਕਟਰ ਰੂਪ ਸਿੰਘ ਹੋਰਾਂ ਦਾ ਸਪਸ਼ਟੀਕਰਨ ਵੀ ਹੈ ਜੀ ਫੇਸਬੁੱਕ ਤੇ। ਹਾਂਜੀ, ਤੁਹਾਨੂੰ ਪਤਾ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਰਿਪੋਰਟ ਆਈ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਉਹਨਾਂ ਨੇ ਉਨ੍ਹਾਂ ਨੂੰ ਦਿੱਤੀ ਕਿ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਥਰੂ ਲਾਪਤਾ ਹੋਏ ਸੀਗੇ ਤੇ ਉਸ ਸਬੰਧ ਵਿਚ ਜਿਹੜੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਰਮਚਾਰੀ ਸੀ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ। ਉਸ ਕਾਰਵਾਈ ਤੋਂ ਪਹਿਲਾਂ ਹੀ ਜਿਹੜੇ ਡਾਕਟਰ ਰੂਪ ਸਿੰਘ ਨੇ ਆਪਣਾ ਅਸਤੀਫਾ ਦਿੱਤਾ ਸੀਗਾ ਤੇ ਜਦੋਂ ਇਹ ਜਾਂਚ ਸ਼ੁਰੂ ਹੋਈ ਸੀਗੀ ਤਾਂ ਉਹ ਵਿਦੇਸ਼ ਚਲੇ ਗਏ ਸੀਗੇ ਤਾਂ ਉਸੇ ਸਮੇਂ ਇਹ ਗੱਲ ਸਮਝ ਆਉਣ ਲੱਗ ਪਈ ਸੀ ਕਿ ਕੋਈ ਨਾ ਕੋਈ ਸਮੱਸਿਆ ਤਾਂ ਹੈ ਜੋ ਕਿ ਡਾਕਟਰ ਰੂਪ ਸਿੰਘ ਇੱਥੋਂ ਚਲੇ ਗਏ ਨੇ ਤੇ ਉਨ੍ਹਾਂ ਨੇ ਆਉਂਦੇ ਸਾਰੇ ਇਹ ਅਸਤੀਫਾ ਦੇ ਦਿੱਤਾ ਤੇ ਹੁਣ ਜਦੋਂ ਡਾਕਟਰ ਰੂਪ ਸਿੰਘ ਦੇ ਉੱਤੇ ਉਂਗਲਾਂ ਉੱਠਣੀਆਂ ਸ਼ੁਰੂ ਹੋ ਗਈਆਂ ਕਈ ਲੋਕ ਦੋਸ਼ ਲਗਾਉਣ ਲੱਗੇ। ਉਹ ਕਹਿੰਦੇ ਕਿ ਮੈਂ ਇਸ ਸਮੇਂ ਏਕਾਂਤਵਾਸ ਦੇ ਵਿਚ ਹਾਂ। ਜਦੋਂ ਉਹ ਏਕਾਂਤਵਾਸ ਤੋਂ ਬਾਹਰ ਆਉਣਗੇ ਤਾਂ ਉਹ ਆਪਣਾ ਹੀ ਜਿਹੜਾ ਪੱਖ ਲੋਕਾਂ ਦੇ ਸਾਹਮਣੇ ਰੱਖਣਗੇ। ਉਨ੍ਹਾਂ ਨੇ ਕਿਹਾ ਕਿ ਅਸਤੀਫਾ ਜੋ ਉਨ੍ਹਾਂ ਨੇ ਦਿੱਤਾ ਇਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਦੋਸ਼ੀ ਨੇ। ਉਨ੍ਹਾਂ ਨੇ ਜਾਂਚ ਵਿਚ ਪਹਿਲਾਂ ਵੀ ਸਾਥ ਦਿੱਤਾ ਤੇ ਹੁਣ ਵੀ ਸਾਥ ਦੇਣਗੇ ਤੇ ਉਹ ਕੋਈ ਦੋਸ਼ੀ ਨਹੀਂ ਹੈਗੇ ਤੇ ਉਹ ਜਦੋਂ ਏਕਾਂਤਵਾਸ ਦੇ ਵਿਚ ਬਾਹਰ ਆਉਣਗੇ ਤਾਂ ਇੱਕ ਇੱਕ ਗੱਲ ਲੋਕਾਂ ਦੇ ਸਾਹਮਣੇ ਰੱਖ ਦੇਣਗੇ। ਏਕਾਂਤਵਾਸ ਚੋਂ ਬਾਹਰ ਆ ਕੇ ਕੱਲੀ ਕੱਲੀ ਗੱਲ ਕਹਿੰਦੇ ਲੋਕਾਂ ਦੇ ਸਾਹਮਣੇ ਰੱਖ ਲੈਣਗੇ। ਸੋ ਦੇਖਦੇ ਆ ਜੀ ਕੀ ਹੁੰਦਾ ਉਦੋਂ ਤੱਕ ਤੇ ਬਹੁਤ ਧੰਨਵਾਦ ਬਾਈ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਦਰਸ਼ਨ ਸਿੰਘ ਦਰਸ਼ਕ ਇਸ ਵਕਤ ਆਪਣੇ ਨਾਲ ਸ਼ਾਮਲ ਸੀਗੇ ਜੀ, ਆਪਾਂ ਗੱਲਬਾਤ ਉਨ੍ਹਾਂ ਦੇ ਨਾਲ ਕਰ ਰਹੇ ਸੀ ਤੇ ਅਗਲੀ ਗੱਲਬਾਤ ਲੱਗੇ ਹੋਣੇ ਬ੍ਰੇਕ ਤੋਂ ਬਾਅਦ।